ਰਾਜਾ ਵੜਿੰਗ ਬੇਸ਼ੱਕ ਆਪਦਾ ਕਦ ਚਰਨਜੀਤ ਸਿੰਘ ਚੰਨੀ ਤੋਂ ਵੱਡਾ ਮੰਨਣ, ਪ੍ਰਧਾਨ ਨੇ, ਠੀਕ ਹੈ, 3 ਵਾਰ ਦੇ MLA ਨੇ, 1 ਵਾਰ ਦੀ MP ਨੇ, ਪਰ ਚਰਨਜੀਤ ਸਿੰਘ ਚੰਨੀ ਦਾ ਕੱਦ ਪੰਜਾਬ ਦੇ ਲੋਕਾਂ ਦੇ ਦਿਲਾਂ 'ਚ ਵੱਡਾ। ਮੈਨੂੰ ਇਹ ਲੱਗਦਾ ਕਿ ਡੈਂਪੀ ਢਿੱਲੋਂ ਨੂੰ ਵੋਟ ਤਾਂ ਪੈ ਰਹੀ ਹੈ, ਪਰ ਕਿਤੇ ਨਾ ਕਿਤੇ ਭਗਵੰਤ ਸਿੰਘ ਮਾਨ ਦੀਆਂ ਸਪੀਚਾਂ ਡੈਂਪੀ ਢਿੱਲੋਂ ਨੂੰ ਜ਼ਰੂਰ ਡਾਊਨ ਕਰ ਰਹੀਆਂ। ਤਾਂ ਇਹ ਇੱਕ ਚਰਚਾ ਵੀ ਗਿੱਦੜਬਾਹਾ ਦੇ ਵਿੱਚ ਹੈਗੀ ਹੈ ਕਿ ਗਿੱਦੜਬਾਹਾ ਦੇ ਲੋਕ ਡੈਂਪੀ ਢਿੱਲੋਂ 'ਤੇ ਤਰਸ ਵੀ ਖਾ ਰਹੇ ਆ। ਮਤਲਬ ਡੈਂਪੀ ਨੂੰ ਤਰਸ ਦੇ ਆਧਾਰ 'ਤੇ ਵੋਟ ਪਾਓ? ਡੈਂਪੀ ਢਿੱਲੋਂ ਜ਼ਰੂਰ ਇਹ ਵਾਅਦਾ ਕਰ ਰਹੇ ਸਾਰਿਆਂ ਨਾਲ ਕਿ ਮੇਰੇ 'ਤੇ ਇੱਕ ਜ਼ਿੰਮੇਵਾਰੀ ਰੱਖੋ। ਮਾਨ ਸਾਹਿਬ ਨੇ ਕਹਿਤਾ ਕਿ ਜੋ ਕਹੋਗੇ ਉਹ ਕਰੀ ਜਾਵਾਂਗੇ, ਬਸ ਤੁਸੀਂ ਡੈਂਪੀ ਜੀ ਕਾਗਜ਼ ਲੈ ਕੇ ਆਉਣੇ ਆ, ਪਾਸ ਮੈਂ ਕਰਨੇ ਆ। ਪਰ ਮੈਂ ਇੱਥੇ ਇੱਕ ਇਹ ਵੀ ਸਵਾਲ ਹੈ ਆਪਣਾ ਕਰਨ ਜੀ ਕਿ ਬਾਕੀ ਜਿਹੜੇ 92 MLA ਪਹਿਲਾਂ ਜਿੱਤਾਈ ਬੈਠੇ ਆ, ਉਹਨਾਂ ਦੇ ਹਲਕਿਆਂ ਨਾਲ ਐਂ ਕਿਉਂ ਨਹੀਂ ਕਰਦੇ? ਚਰਨਜੀਤ ਸਿੰਘ ਚੰਨੀ 'ਤੇ ਉਹ ਗੱਲ ਖੜੀ ਹੈ ਵੀ ਇੱਕ ਬੰਦੇ ਨੇ ਕੇਂਦਰ ਨੇ ਟੱਕਰ ਲੈ ਲਈ ਅਤੇ ਭਗਵੰਤ ਸਿੰਘ ਮਾਨ ਨੇ ਜਦੋਂ ਨਰਿੰਦਰ ਮੋਦੀ ਉਸ ਸਰਕਾਰ ਦੇ ਵਿੱਚ ਪੰਜਾਬ ਆਏ ਤਾਂ ਮਾਫ਼ੀ ਮੰਗੀ। ਬੀਜੇ ਨਾਲੇ ਹੋਰ ਸੀਗੇ, ਹੁਣ ਵੱਢਣ ਕੋਈ ਹੋਰ ਆ? ਬਿਲਕੁਲ, ਇਹ ਤਾਂ ਆਮ ਆਦਮੀ ਪਾਰਟੀ 'ਚ ਹੋ ਹੀ ਰਿਹਾ ਜਿਹੜੇ ਬੀਜੇ ਨਾਲੇ ਸੀ ਵੱਢਣ। ਹੁਣ ਤੁਸੀਂ ਦੇਖਿਆ ਹੀ ਹੈ ਬਰਨਾਲੇ ਹਲਕੇ ਦੀ ਵੀ ਜੇ ਆਪਾਂ ਗੱਲ ਕਰ ਲਈਏ, ਉੱਥੇ ਵੀ ਤਾਂ ਇਹੀ ਰੌਲਾ ਕਿ ਬੀਜਦੇ ਹੋਰ ਰਹਿ ਗਏ, ਬੇਸ਼ੱਕ ਉਹ ਮੁੱਕਰ ਰਹੇ ਆ ਜਾਂ ਉਹ ਕਹਿ ਰਿਹਾ ਕਿ ਨਹੀਂ ਹੈ, ਮੀਤ ਹੈ ਕਿ ਮੇਰੀ ਮਾਸੀ ਦਾ ਮੁੰਡਾ ਨਹੀਂ ਹੈ, ਪਰ ਲੋਕਾਂ ਦੇ ਵਿੱਚ ਤਾਂ ਇਹ ਚਰਚਾ ਨਾ ਕਿ ਮਸੇਹਰ ਪਿਆਰਾ ਹੋ ਗਿਆ, ਵਰਕਰ ਪਿੱਛੇ ਕਰਦੇ। ਸਰਪੰਚੀ ਦੇ ਮੌਕੇ ਆਮ ਆਦਮੀ ਪਾਰਟੀ ਦੇ ਬੰਦਿਆਂ ਦੀਆਂ ਟਿਕਟਾਂ ਕੱਟ ਕੇ ਅਕਾਲੀ ਦਲ ਦੇ ਬੰਦਿਆਂ ਨੂੰ ਸਰਪੰਚ ਬਣਾਇਆ ਗਿਆ। ਅਸਲ ਦੇ ਵਿੱਚ ਉੱਥੇ ਝਾੜੂ ਵਾਲੇ ਵਰਕਰਾਂ ਦਾ ਹਾਲ ਬੁਰਾ ਹੀ ਹੈ, ਕਿਉਂਕਿ ਜਦੋਂ ਕੁਦਰਤੀ ਗੱਲ ਹੈ ਤੁਸੀਂ ਮੇਰੇ ਨਾਲ ਪਹਿਲਾਂ ਦੇ ਜੁੜੇ ਹੋ, ਮੈਨੂੰ ਅੱਜ ਕੋਈ ਤਾਕਤ ਮਿਲੂਗੀ, ਮੈਂ ਤਾਂ ਤੁਹਾਡਾ ਪਹਿਲਾਂ ਫਾਇਦਾ ਕਰੂੰਗਾ, ਉਹ ਤਾਂ ਮੈਨੂੰ ਬਾਅਦ 'ਚ ਹੈ। ਬੇਸ਼ੱਕ ਡੈਂਪੀ ਢਿੱਲੋਂ ਇਹ ਕਹਿੰਦੇ ਕਿ ਝਾੜੂ ਵਾਲੇ ਵਰਕਰਾਂ ਦਾ ਮੈਂ ਸਨਮਾਨ ਕਰੂੰਗਾ, ਮੇਰੇ ਲਈ ਉਨਾ ਹੀ ਖਾਸ ਹੈ, ਪਰ ਇਹ ਰਾਜਨੀਤੀ ਵਿੱਚ ਕਹਿਣ ਦੀਆਂ ਗੱਲਾਂ ਹੋਰ ਹੁੰਦੀਆਂ। ਜਿਹੜਾ ਬੰਦਾ ਹੁਣ ਕੋਈ ਕਹੂਗਾ ਜਿਹੜਾ ਅਕਾਲੀ ਦਲ ਛੱਡ ਕੇ ਡੈਂਪੀ ਢਿੱਲੋਂ ਚੱਲਿਆ, ਉਹ ਹੁਣ ਕੱਲ੍ਹ ਨੂੰ ਡੈਂਪੀ ਢਿੱਲੋਂ ਕਹਿਣਗੇ ਵੀ ਮੈਂ ਪੂਰੀ ਆਮ ਆਦਮੀ ਪਾਰਟੀਆਂ ਦੀ ਕਰੂੰਗਾ, ਕਹੂਗਾ ਅਸੀਂ ਤੁਹਾਡੇ ਪਿੱਛੇ ਪਾਰਟੀ ਛੱਡੇ, ਅਸੀਂ ਤੁਹਾਡੇ ਪਿੱਛੇ ਸਟੈਂਡ ਲਿਆ, ਸਾਡੇ ਕਰਕੇ ਤਾਂ ਭਗਵੰਤ ਮਾਨ ਨੇ ਤੁਹਾਡੀ ਇੱਜ਼ਤ ਕੀਤੀ ਵੀ ਐਡਾ ਇਕੱਠ ਹੈ ਤੇਰੇ ਮਗਰ, ਅਤੇ ਤੁਸੀਂ ਹੁਣ ਝਾੜੂ ਵਾਲਿਆਂ ਨੂੰ ਮੂਹਰੇ ਲਾਓਗੇ। ਤਾਂ ਕੁੱਲ ਮਿਲਾ ਕੇ ਉੱਥੇ ਝਾੜੂ ਵਾਲਿਆਂ ਨਾਲ ਕਾਫੀ ਭੈੜੀ ਹੋਣੀ ਹੈ, ਉਹਨਾਂ ਨੂੰ ਪੁੱਛਣਾ ਕਿਸੇ ਨਾ ਕਿਸੇ ਨੇ, ਪਹਿਲਾਂ ਵੀ ਨਹੀਂ ਪੁੱਛਿਆ। ਤਾਂ ਐਂ ਲੱਗਣ ਲੱਗ ਪਿਆ ਕਿਤੇ ਬਈ ਵੀ ਪੰਜਾਬ ਦੇ ਹਰ ਹਲਕੇ 'ਚ ਮਹੀਨੇ ਬਾਅਦ ਜ਼ਿਮਨੀ ਚੋਣ ਆ ਜਾ ਕਰਨ ਹੈ, ਪੂਰਾ ਪੰਜਾਬ ਬਦਲ। ਕੀ ਐਨਾਲਾਈਜ਼ ਕਰਦੇ ਨੇ ਗਿੱਦੜਬਾਹੇ ਨੂੰ, ਬਰਨਾਲੇ ਨੂੰ ਟੱਕਰ ਸਖਤ ਹੈ ਅਤੇ ਟੱਕਰ ਦੇ ਵਿੱਚ ਬਾਜ਼ੀ ਮਾਰਦਾ ਕੌਣ ਨਜ਼ਰ ਆ ਰਿਹਾ ਜਾਂ ਐਜ ਕਿਹਨੂੰ ਹੈ, ਸਾਰੀ ਸਥਿਤੀ ਸਮਝਾਂਗੇ ਅਮਰਿੰਦਰ ਬਾਈ, ਕਿਵੇਂ ਚੜ੍ਹਦੀ ਕਲਾ 'ਚ? ਬਹੁਤ ਵਧੀਆ ਕਰਨ, ਤੁਸੀਂ ਦੱਸੋ ਠੀਕ ਹੋ? ਪਹਿਲਾਂ ਸਵਾਗਤ ਤੁਹਾਡਾ, ਤੁਸੀਂ ਜੈਤੋਂ ਆਏ। ਇਲਾਕਾ ਤੁਹਾਡਾ ਬਹੁਤ ਵਧੀਆ ਬਾਈ, ਸਾਡੇ ਚੈਨਲ ਦਾ ਨਾਮ ਮਿੱਟੀ ਆ ਅਤੇ ਤੁਹਾਡੇ MLA ਨੇ ਸੜਕ ਕੋਈ ਬਣਾਈ ਨਹੀਂ, ਪੂਰਾ ਸ਼ਹਿਰ ਮਿੱਟੀਓ ਮਿੱਟੀ ਹੋਇਆ ਪਿਆ। ਅਸੀਂ ਮਿੱਟੀ ਦੇ ਨਾਲ ਮਿੱਟੀ ਹੋਣਾ ਚਾਹੁੰਦੇ ਹਾਂ, ਤੁਹਾਨੂੰ ਮਿੱਟੀ ਤੋਂ ਐਲਰਜੀ ਆ ਅਸੀਂ ਤਾਂ ਕਰਕੇ ਸਾਨੂੰ ਐਲਰਜੀ ਨਹੀਂ, ਅਸੀਂ ਤਾਂ ਹੈ ਹੀ ਮਿੱਟੀ ਵਾਲੇ ਹਾਂ। ਅੱਛਾ, ਕੀ ਮਾਹੌਲ ਆ ਵੀਰੇ ਉਰੇ? ਮਾਹੌਲ ਜਿਵੇਂ ਇੱਕ ਮੈਂ ਸਰਵੇ ਕੀਤਾ ਸੀ ਧੂਰੀ ਸਾਈਡ, ਉਹ ਬਾਬਾ ਕਹਿੰਦੇ ਮਾਹੌਲ 1 ਨੰਬਰ ਹੈ, ਅਤੇ ਉਹ ਵਾਕਈ ਗਿੱਦੜਬਾਹੇ ਦੇ ਵਿੱਚ ਵੀ ਮਾਹੌਲ 1 ਨੰਬਰ ਹੈ। ਹੁਣ 1 ਨੰਬਰ 'ਤੇ ਆਊ ਕੌਣ, ਇਹ ਤਾਂ ਜ਼ਰੂਰ ਚਰਚੇ ਹੈ, ਕਿਉਂਕਿ 1 ਨੰਬਰ 'ਤੇ ਜਿਹੜੀ ਗਿੱਦੜਬਾਹਾ ਸੀਟ ਹੈ ਇਹਦੇ 'ਤੇ ਇੱਕ ਗੱਲ ਕਲੀਅਰ ਨਹੀਂ ਹੋ ਰਹੀ ਕਿਸੇ ਨੂੰ ਵੀ ਇੱਥੇ ਜਿੱਤੂ ਕੌਣ। ਇਹ ECG ਦੀ ਉਹ ਲਾਈਨ ਵਰਗ ਹੈ ਜਿਹੜੀ ਕਦੇ ਅੱਪ ਹੋ ਜਾਂਦੀ, ਕਦੇ ਡਾਊਨ ਹੋ ਜਾਂਦੀ, ਕਦੇ ਕੋਈ ਸੋਚ ਲੈਂਦਾ ਕਿ ਹੁਣ ਉੱਪਰ ਹੋ ਗਈ, ਉਹ ਜਦੋਂ ਸੋਚ ਕੇ ਹਟਦਾ ਉਦੋਂ ਉਹ ਨੀਵੀਂ ਹੋ ਜਾਂਦੀ ਹੈ। ਅੱਜ ਤੋਂ ਜੇਕਰ ਗੱਲ ਕਰਨੀ ਹੋਵੇ 10 ਕੁ ਦਿਨ ਪਹਿਲਾਂ ਦੀ, ਜਦੋਂ ਇਹ ਇਲੈਕਸ਼ਨ ਡਿਲੇਅ ਨਹੀਂ ਕੀਤੇ ਸੀਗੇ, ਤਾਂ ਉਦੋਂ ਇਹ ਲੱਗਦਾ ਸੀਗਾ ਕਿ ਮੈਚ ਬਹੁਤ ਫਸਮਾ ਹੋਵੇਗਾ, ਕਦੇ ਰਾਜਾ ਵੜਿੰਗ ਉੱਪਰ ਹੋ ਜਾਂਦੀ ਸੀ, ਕਦੇ ਡੈਂਪੀ ਢਿੱਲੋਂ, ਪਰ ਸੋਰੀ ਅੰਮ੍ਰਿਤਾ ਵੜਿੰਗ ਹੋ ਜਾਂਦੀ ਸੀ ਅਤੇ ਕਦੇ ਹੋ ਜਾਂਦੇ ਸੀਗੇ ਡੈਂਪੀ ਢਿੱਲੋਂ। ਮਨਪ੍ਰੀਤ ਸਿੰਘ ਬਾਦਲ ਵੀ ਗੇਮ 'ਚ ਸੀ, ਪਰ ਉਹ ਇੰਨੇ ਵੱਡੇ ਪੱਧਰ 'ਤੇ ਗੇਮ 'ਚ ਨਹੀਂ ਸੀ ਜਿੰਨਾ 10 ਦਿਨਾਂ ਦੇ ਇਲੈਕਸ਼ਨ ਲੇਟ ਹੋਣ ਨੇ ਉਹਨਾਂ ਨੂੰ ਬੂਸਟ ਦਿੱਤਾ, ਐਜ ਦਿੱਤਾ। ਮਨਪ੍ਰੀਤ ਸਿੰਘ ਬਾਦਲ ਕੋਲ ਮੌਕਾ ਮਿਲ ਗਿਆ, ਇਹਨਾਂ ਦੋਨਾਂ ਦੀ
ਯਾਨੀ ਕਿ ਪੀਕ 'ਤੇ ਸੀ, ਇਹ ਤਾਂ ਪੀਕ ਤੋਂ ਉੱਪਰ ਕਿੱਧਰ ਜਾਣਾ ਸੀ, ਪਰ ਮਨਪ੍ਰੀਤ ਸਿੰਘ ਬਾਦਲ ਨੂੰ ਉੱਪਰ ਜਾਣ ਦਾ ਇੱਕ ਸਮਾਂ ਮਿਲ ਗਿਆ। ਮਨਪ੍ਰੀਤ ਸਿੰਘ ਬਾਦਲ ਜਿਹੜੇ ਵਾਅਦੇ ਕਰ ਰਹੇ ਆ, ਜਿਹੜੀਆਂ ਗੱਲਾਂ ਕਰ ਰਹੇ ਸੀ, ਤੁਸੀਂ ਦੇਖਿਆ ਹੀ ਆ, ਵੀਡੀਓ ਵੀ ਲੀਕ ਹੋਈਆਂ, ਉਹ ਉੱਦਾਂ ਹੀ ਨਹੀਂ ਕੀਤੀਆਂ। ਮਨਪ੍ਰੀਤ ਸਿੰਘ ਬਾਦਲ ਜਿੱਦਣ ਤੋਂ ਚੋਣ ਮੈਦਾਨ ਦੇ ਵਿੱਚ ਆਇਆ, ਕਿਸੇ ਨੂੰ ਕਹਿੰਦੇ ਸੀ ਕਿ ਦੱਸ ਤੇਰੇ ਮੁੰਡੇ ਦੀ ਉਮਰ ਕਿੰਨੀ ਹੈ, ਪੜ੍ਹਿਆ ਕਿੰਨਾ, CISF 'ਚ ਭੇਜ ਦਿਆਂ, ਕੋਠਾ ਦਵਾਵਾਂ ਤੁਹਾਨੂੰ, ਤੁਹਾਨੂੰ ਫਲਾਨੀ ਚੀਜ਼ ਕਰਾਂ, ਜਿਹੜੀਆਂ ਕੇਂਦਰ ਦੀਆਂ ਸਕੀਮਾਂ ਦੱਸੋ ਕਿਹੜੀ 'ਚ ਕਰਨਾ, ਤੂੰ ਚੱਲ ਤੈਨੂੰ ਮੈਂ ਲੈ ਕੇ ਜਾਂਦਾ ਦਿੱਲੀ, ਤੈਨੂੰ ਭਰਤੀ ਕਰਾਉਣਾ। ਇਹ ਗੱਲਾਂ ਕਰ ਰਹੇ ਸੀ ਅਤੇ ਇਹ ਗੱਲਾਂ ਗਰਾਊਂਡ ਦੇ ਉੱਤੇ ਵਰਕ ਵੀ ਕਰ ਰਹੀਆਂ ਸੀ। ਹੁਣ ਇੱਕ ਬੰਦਾ ਹੈ, ਤੁਸੀਂ ਉਹ ਦੱਸੋ ਉਹਨੂੰ, ਇੱਕ ਲੀਡਰ ਨੇ ਕਹਿਣਾ ਵੀ ਤੇਰਾ ਸਰਕਾਰ ਆਉਣ 'ਤੇ ਤੇਰੇ ਨਾਲ ਜਾਂ ਅਸੀਂ ਜਿੱਤ ਕੇ ਤੇਰਾ ਆਹ ਕਰਾਂਗੇ। ਇੱਕ ਬੰਦਾ ਕਹਿੰਦਾ ਵੀ ਕੋਠਾ ਉਹ ਤਾਂ ਮੋਦੀ ਨੇ ਪਾਉਣਾ, ਮੈਂ ਤੇਰਾ ਪਵਾ ਦਿੰਦਾ। ਇੱਕ ਤੇਰਾ ਲਾਜ ਵਾਲਾ ਕਾਰਡ ਨਹੀਂ ਬਣਿਆ, ਉਹ ਤਾਂ ਮੋਦੀ ਸਰਕਾਰ ਨੇ ਬਣਾਉਣਾ, ਤੇਰਾ ਮੈਂ ਬਣਵਾ ਦਿੰਦਾ। ਉਹ ਅਗਲਾ ਕਹਿੰਦਾ ਵੀ ਮੌਤ ਨੇੜੇ, ਘਸਾਉਣ ਨੇੜੇ, ਵੀ ਜਿਹੜਾ ਹੁਣ ਨੇੜੇ ਆਪਾਂ ਤਾਂ ਉਹਨੂੰ ਵੇਖ ਲਓ। ਜਿਹੜੀ ਯਾਨੀ ਕਿ ਅਸੀਂ ਕਹਿੰਦੇ ਨੇ ਜਿਹੜੀ ਗਰੀਬੀ ਰੇਖਾ ਦੇ ਨਾਲ ਜੁੜੇ ਲੋਕ ਹੈ, ਜਿਹੜੇ ਸਾਡੇ ਦਲਿਤ ਸਮਾਜ ਦੇ ਲੋਕ ਹੈ, SC ਭਾਈਚਾਰੇ ਦੇ ਲੋਕ ਆ, ਉਹਨਾਂ ਨੂੰ ਭਾਜਪਾ ਨੇ ਟੁੰਬਿਆ, ਪਹਿਲਾਂ ਵੀ ਟੁੰਬਿਆ ਅਤੇ ਹੁਣ ਵੀ ਮਨਪ੍ਰੀਤ ਸਿੰਘ ਬਾਦਲ ਵਰਕ ਉੱਥੇ ਜ਼ਿਆਦਾ ਕਰ ਰਹੇ ਨੇ, ਕਿਉਂਕਿ ਪਿੰਡਾਂ ਦੇ ਵਿੱਚ ਪਤਾ ਕਿਸਾਨੀ ਅੰਦੋਲਨ ਕਰਕੇ, ਉਸ ਤੋਂ ਬਾਅਦ ਜਿਹੜਾ ਦੁਬਾਰਾ ਅੰਦੋਲਨ ਚੱਲਿਆ, ਜਿਹੜੇ ਅਜੇ ਵੀ ਸਾਡੇ ਜਿਹੜੇ ਕਿਸਾਨ ਹੈ ਉਹ ਬੈਠੇ ਆ, ਫਿਰ ਝੋਨੇ ਦਾ ਹਾਲ, ਝੋਨੇ ਦੇ ਹਾਲ 'ਤੇ ਦੋਨੇ ਸਰਕਾਰਾਂ ਘਿਰੀਆਂ, ਵੀ ਪਿੰਡਾਂ ਦੇ ਜਿਹੜੇ ਜਰਨਲ ਵਰਗ ਆ, ਖਾਸ ਕਰਕੇ ਜੱਟ, ਉਹਨਾਂ ਵਿੱਚ ਤਾਂ ਉਸ ਤਰੀਕੇ ਨਾਲ ਦਾਲ ਨਹੀਂ ਗੱਲ ਨਹੀਂ, ਪਰ ਉਹ ਇੱਕ ਬੈਲਟ ਨੂੰ ਜ਼ਰੂਰ ਫੜ ਰਹੇ ਆ, ਉੱਧਰ ਵਰਕ ਜ਼ਰੂਰ ਕਰ ਰਹੇ ਆ, ਉਹ ਚੀਜ਼ ਦਾ ਮਨਪ੍ਰੀਤ ਸਿੰਘ ਬਾਦਲ ਨੂੰ ਫਾਇਦਾ ਮਿਲਿਆ। ਤੁਹਾਨੂੰ ਲੱਗਦਾ ਕਿ ਉਹ ਵਰਗ ਫੈਸਲਾ ਕੌਣ ਹੋ ਸਕਦਾ ਵੇ ਜੇ ਇੱਕ ਮੁਸ਼ਤ ਭੁਗਤਦਾ ਤਾਂ? ਨਹੀਂ, ਫੈਸਲਾ ਕੌਣ, ਦੇਖੋ ਪੰਜਾਬ ਦੇ ਵਿੱਚ ਜਿਹੜੀ ਸਾਡੀ SC ਵੋਟ ਬੈਂਕ ਆ, ਉਹਦੇ 'ਤੇ ਸਭ ਦੀ ਨਿਗਾਹ ਹੁੰਦੀ ਹੈ ਅਤੇ ਵੱਡਾ ਬਦਲਾਅ ਉਹੀ ਲਿਆਉਂਦੀ ਹੈ। ਆਮ ਆਦਮੀ ਪਾਰਟੀ ਨਹੀਂ ਜਾਣਦਾ, ਉਹਨਾਂ ਦਾ ਕੋਈ ਹਾਲੇ ਤੱਕ ਮਨ ਹੈ ਨਹੀਂ, ਆਮ ਆਦਮੀ ਪਾਰਟੀ ਨੇ ਹਾਲੇ ਤੱਕ ਕੋਈ ਇਹ ਕੰਮ ਨਹੀਂ ਕੀਤਾ ਜਿਹਦੇ ਨਾਲ ਉਹ ਵਰਗ ਇਹ ਸੋਚੇ ਕਿ ਸਾਡੇ ਲਈ ਕੋਈ ਚੰਗੀ ਚੀਜ਼ ਆਈ ਹੈ, ਕਿਉਂਕਿ ਆਮ ਆਦਮੀ ਪਾਰਟੀ ਜਦੋਂ ਤੋਂ ਸੱਤਾ ਦੇ ਵਿੱਚ ਆਈ ਹੈ, ਉਸ ਵਰਗ ਲਈ ਇੱਕ ਵੀ ਨਵੀਂ ਸਹੂਲਤ ਜਿਹੜੀ ਹੈ ਉਹ ਨਹੀਂ ਲੈ ਕੇ ਆਈ। ਪਹਿਲਾਂ ਵਾਲੀਆਂ ਸਰਕਾਰਾਂ ਹੁੰਦੀਆਂ ਸੀ, ਚਾਹੇ ਆਟਾ ਦਾਲ ਸਕੀਮ ਨੂੰ ਵੀ ਜਿਵੇਂ ਕਹਿ ਲਈਏ, ਬਾਦਲ ਸਰਕਾਰ ਮੌਕੇ ਆਈ, ਹਾਲਾਂਕਿ ਉਦੋਂ ਬਾਅਦ ਤਾਂ ਇਹ ਕੇਂਦਰ ਦੇ ਅਧੀਨ ਹੀ ਆ ਗਿਆ ਸਾਰਾ ਕੁਛ, ਉਹਦੀ ਸਕੀਮ ਤਹਿਤ ਸਾਰਾ ਕੁਝ ਵਰਤ ਰਿਹਾ, ਪਰ ਉਹ ਉਹਨਾਂ ਨੇ ਉਹਨੂੰ ਟੁੰਬਿਆ। ਫਿਰ ਸਮੇਂ ਦੀਆਂ ਸਰਕਾਰਾਂ ਨੇ 200 ਯੂਨਿਟ ਬਿਜਲੀ ਮੁਫਤ ਦੇ ਕੇ ਟੁੰਬਿਆ, ਪਰ ਇਹ ਸਰਕਾਰ ਨੇ ਆ ਕੇ ਸਾਰਿਆਂ ਨੂੰ ਮੁਫਤ ਕਰਤੀ, ਉਹਦੇ ਤਾਂ ਵੀ ਉਹ ਵਰਗ ਨਿਰਾਸ਼ ਹੈ ਵੀ ਇਹ ਤਾਂ ਹੁਣ ਸਾਡੇ ਵਰਗੀ ਹੋ ਗਏ, ਸਾਰਿਆਂ ਨੂੰ ਮਿਲਣ ਲੱਗ ਗਿਆ, ਅਸੀਂ ਇਹ ਚੀਜ਼ ਦਾ ਤਾਂ ਸਾਡੇ ਲਈ ਤਾਂ ਖਾਸ ਤਾਂ ਕੁਛ ਹੈ ਹੀ ਨਹੀਂ, ਇਹ ਤਾਂ ਸਾਰਿਆਂ ਦੇ ਵਿੱਚੋਂ ਹੀ ਸਾਨੂੰ ਮਿਲ ਗਿਆ। ਸੋ ਇਸ ਕਰਕੇ ਉਹ ਵਰਗ ਤਾਂ ਇੱਧਰ ਆਮ ਆਦਮੀ ਪਾਰਟੀ ਨੇ ਉਸ ਤਰੀਕੇ ਨਾਲ ਝੁਕਾ ਨਹੀਂ ਕਰ ਰਿਹਾ, ਪਰ ਕਾਂਗਰਸ ਵੀ ਉਸ ਵਰਗ ਦੇ ਉੱਤੇ ਵਰਕ ਕਰਨ ਦੇ ਵਿੱਚ ਨਾਕਾਮਯਾਬ ਆ ਹਾਲੇ ਤੱਕ। ਰਾਜਾ ਵੜਿੰਗ ਠੀਕ ਹੈ, ਉਹਨਾਂ ਦੀ ਪਾਪੂਲੈਰਿਟੀ ਰਹੀ ਹੈ, 3 ਵਾਰ ਦੇ ਉਹ MLA ਨੇ, 1 ਵਾਰ ਦੇ ਉਹ MP ਨੇ, ਪਰ ਇਸ ਵਾਰ ਹੁਣ ਰਾਜਾ ਵੜਿੰਗ, ਉਹਨਾਂ ਦੀ ਪਤਨੀ ਖੜੀ ਹੈ, ਪਰ ਕੰਮ ਵੇਖਣਾ ਤਾਂ ਲੋਕਾਂ ਨੇ ਰਾਜਾ ਵੜਿੰਗ ਨੂੰ ਆ ਨਾ, ਵੀ ਤੁਸੀਂ ਕੀਤਾ ਕੀ ਹੈ। ਫਿਰ 3 ਵਾਰ ਜਿਤਾ ਕੇ ਲੋਕਾਂ 'ਚ ਵੈਸੀ ਬੋਰ ਜੇ ਹੋਏ ਪੰਜਾਬ, ਭਾਵੇਂ ਬੰਦਾ ਜਿੰਨਾ ਮਰਜ਼ੀ ਚੰਗਾ ਕੰਮ ਕਰੀ ਜਾਵੇ, ਹਾਲਾਂਕਿ ਮੈਂ ਰਾਜਾ ਵੜਿੰਗ ਦੇ ਕੰਮਾਂ ਨੂੰ ਕੋਈ ਚੰਗਾ ਨਹੀਂ ਕਹਿੰਦਾ ਜਾਂ ਮਾੜਾ ਨਹੀਂ ਕਹਿੰਦਾ, ਕਿਉਂਕਿ ਕੰਮ ਜਿਹੜੇ ਕੀਤੇ ਉਹ ਤਾਂ ਲੋਕ, ਪਰ ਤੁਸੀਂ ਭਾਵੇਂ ਜਿੰਨਾ ਮਰਜ਼ੀ ਕਰੀ ਚੱਲੋ, 3-3 ਟਰਨ ਤੋਂ ਬਾਅਦ ਤਾਂ ਲੋਕ ਤੁਹਾਡੇ ਤੋਂ ਵੈਸੇ ਵੀ ਬੋਰ ਹੋ ਜਾਂਦੇ ਆ। ਉਸ ਬਾਅਦ ਲੋਕ ਇਹ ਸੋਚਣ ਲੱਗ ਜਾਂਦੇ ਚੱਲ ਯਾਰ ਬਹੁਤ ਸਮਾਂ ਦਿੱਤਾ, ਜਿਵੇਂ ਮਨਪ੍ਰੀਤ ਸਿੰਘ ਬਾਦਲ ਨਾਲ ਵੀ ਹੈ, ਲੋਕ ਕਹਿੰਦੇ 15 ਸਾਲ, ਇਹਦੇ 12 ਸਾਲ, ਡੈਂਪੀ ਢਿੱਲੋਂ ਨੇ ਪੋਸਟਰ ਵੀ ਲਾਏ ਵੀ ਮੈਨੂੰ 2.5 ਸਾਲ ਹੀ ਦੇ ਦਿਓ, ਤਾਂ ਇਹ ਇੱਕ ਚਰਚਾ ਵੀ ਗਿੱਦੜਬਾਹਾ ਦੇ ਵਿੱਚ ਹੈਗੀ ਹੈ ਕਿ ਗਿੱਦੜਬਾਹਾ ਦੇ ਲੋਕ ਡੈਂਪੀ ਢਿੱਲੋਂ 'ਤੇ ਤਰਸ ਵੀ ਖਾ ਰਹੇ ਆ। ਮਤਲਬ ਡੈਂਪੀ ਨੂੰ ਤਰਸ ਦੇ ਆਧਾਰ 'ਤੇ ਵੋਟ ਪਾਊ? ਬਿਲਕੁਲ, ਜੇ ਡੈਂਪੀ ਢਿੱਲੋਂ ਅਕਾਲੀ ਦਲ 'ਚ ਵੀ ਖੜੇ ਰਹਿੰਦੇ, ਡੈਂਪੀ ਢਿੱਲੋਂ ਤਾਂ ਵੀ ਜਿੱਤ ਜਾ ਰਹੇ ਨੇ, ਕਿਉਂਕਿ ਇਸ ਵਾਰ ਲੋਕਾਂ ਦਾ ਉਹਨਾਂ ਦੇ ਨਾ ਜਿਵੇਂ ਪੰਜਾਬ ਦੇ ਲੋਕ ਨਾ ਇਹਨਾਂ ਦਾ ਮੂਡ ਹੁੰਦਾ ਵੀ ਜਿਵੇਂ ਕਹਿ ਦਿੰਦੇ ਯਾਰ ਹੁਣ ਚੱਲ ਯਾਰ ਇਹਨੂੰ ਵੀ ਦੇ ਕੇ ਦੇਖ ਲਓ, ਜਿਵੇਂ ਪਿਛਲੇ 2024 ਦੀਆਂ ਇਲੈਕਸ਼ਨਾਂ ਦੇ ਮੌਕੇ ਵੀ ਕਈ ਬੰਦਿਆਂ ਨੂੰ ਇਸੇ ਤਰੀਕੇ ਨਾਲ ਜਿਤਾਇਆ, ਚੱਲ ਯਾਰ ਜਿੱਥੇ ਹੋਰ ਜਿੱਤਣਗੇ ਇਹਨਾਂ ਨੂੰ ਵੀ ਜਿਤਾ ਦਿਓ ਯਾਰ। ਉਵੇਂ ਡੈਂਪੀ ਢਿੱਲੋਂ 'ਤੇ ਵੀ ਇੱਕ ਤਰਸ ਦੀ ਜਿਹੜੀ ਆ ਉਹ ਬਣੀ ਹੋਈ ਹੈ, ਲੋਕ ਕਹਿੰਦੇ ਯਾਰ ਇੰਨਾ ਸਮਾਂ ਰਾਜੇ ਵੜਿੰਗ ਨੂੰ ਦਿੱਤਾ, ਮਨਪ੍ਰੀਤ ਬਾਦਲ ਨੂੰ ਦਿੱਤਾ, ਬਾਦਲਾਂ ਨੂੰ ਦਿੱਤਾ ਪਹਿਲਾਂ, ਹੁਣ ਇਹ ਬੰਦੇ ਨੂੰ 2.5 ਸਾਲ ਦੇ ਕੇ ਦੇਖ ਲਓ, ਜਿਹੜਾ ਕੁਛ ਇਹ ਕਰ ਦੂ ਇਹਦਾ ਦੇਖ ਲਾਂਗੇ। ਡੈਂਪੀ ਢਿੱਲੋਂ ਕਹਿ ਵੀ ਇਹ ਰਹੇ ਆ, ਉਹਨਾਂ ਦਾ ਪ੍ਰਚਾਰ ਵੀ ਹੈ ਵੀ 2.5 ਸਾਲ ਦੇ ਕੇ ਦੇਖ ਲਓ ਨਹੀਂ ਤਾਂ ਨਹੀਂ ਸਹੀ। ਫਿਰ ਉਹ ਇਹ ਕਹਿ ਰਿਹਾ ਕਿ ਜਿਹੜੇ ਬੰਦੇ ਨੂੰ ਤੁਸੀਂ ਜਿਤਾਇਆ ਉਹਦਾ ਭੱਜ ਗਿਆ ਲੁਧਿਆਣੇ, ਮੈਂ ਤਾਂ ਯਾਰ ਹਰ ਕੇ ਵੀ ਇੱਥੇ ਹੀ ਬੈਠਾ।
ਮਤਲਬ ਇਹ ਚੀਜ਼ ਦਾ ਫਾਇਦਾ ਡੈਂਪੀ ਢਿੱਲੋਂ ਨੂੰ ਹੋਵੇਗਾ। ਅਤੇ ਅੱਜ ਦੀ ਜੇ ਪੁਜੀਸ਼ਨ ਦੀ ਗੱਲ ਕਰੀਏ, ਮੈਂ ਇਹ ਨਹੀਂ ਕਹਿੰਦਾ ਕਿ ਡੈਂਪੀ ਢਿੱਲੋਂ ਜਿੱਤ ਰਹੇ ਆ, ਪਰ ਆਪ ਅੱਜ ਦੀ ਜਿਹੜੀ ਪੁਜੀਸ਼ਨ ਦੇ ਵਿੱਚ ਆ ਉਹ ਡੈਂਪੀ ਢਿੱਲੋਂ ਹੀ ਹੈ। ਡੈਂਪੀ ਢਿੱਲੋਂ ਪਹਿਲੇ ਨੰਬਰ 'ਤੇ ਹੈ, ਰਾਜਾ ਵੜਿੰਗ ਦੂਜੇ ਨੰਬਰ 'ਤੇ ਆ, ਮਨਪ੍ਰੀਤ ਸਿੰਘ ਬਾਦਲ ਤੀਜੇ ਨੰਬਰ 'ਤੇ ਹੈ। ਪਰ ਆਉਣ ਵਾਲੇ ਦਿਨਾਂ ਦੇ ਵਿੱਚ, ਕਿਉਂਕਿ ਜਿਹੜਾ ਇਲੈਕਸ਼ਨ ਹੁੰਦਾ ਜੀ ਹਰ ਰਾਤ ਹੀ, ਕਿਉਂਕਿ ਹੁਣ ਦਿਨ ਨਜ਼ਦੀਕ ਹੈ ਅਤੇ ਇੱਕ ਇੱਕ ਰਾਤ ਕੀਮਤੀ ਹੈ, ਅਤੇ ਸਭ ਤੋਂ ਮਹਿੰਗਾ ਇਲੈਕਸ਼ਨ ਹੈ ਗਿੱਦੜ ਵਹੇ ਦਾ। ਸਰਕਾਰ ਵੀ ਜਿਵੇਂ ਹੁਣ ਡੈਂਪੀ ਢਿੱਲੋਂ ਨੇ ਖੁਦ ਕਿਹਾ ਕਿ ਸਰਕਾਰ ਨੇ 100 ਕਰੋੜ ਰੁਪਇਆ ਡਿੱਗੀ 'ਚ ਪਾ ਕੇ ਰੱਖਤਾ ਮੇਰੇ ਮੂਹਰੇ ਲਿਆ ਕੇ, ਵੀ ਵੰਡ ਲਾ ਡੈਂਪੀ ਜਿੱਥੇ ਮਰਜ਼ੀ ਵੰਡ, ਜਿਹੜੇ ਮਰਜ਼ੀ ਕੰਮ ਚਲਾ, ਚਲੋ ਚੋਣ ਜਾਬਤਾ ਲੱਗ ਗਿਆ, ਮਜਬੂਰੀਆਂ ਹੋ ਗਈਆਂ, ਮਤਲਬ ਇੱਕ ਹਿਸਾਬ ਨਾਲ ਲੋਕਾਂ ਨੂੰ ਕਹਿਤਾ ਕਿ ਇੰਨੇ ਇੰਨੇ ਪੈਸੇ ਤਾਂ ਐਂ ਚਲਾਵਾਂਗੇ ਆਪਾਂ, ਐਂ ਵੰਡਾਂਗੇ, ਇੱਥੇ ਕੋਈ ਘਬਰਾਓ ਨਾ ਤੁਸੀਂ। ਦੂਜੇ ਪਾਸੇ ਮਨਪ੍ਰੀਤ ਸਿੰਘ ਬਾਦਲ ਨੌਕਰੀਆਂ ਵੀ ਚੱਕੋ, ਤੁਸੀਂ CISF 'ਚ ਜਾਓ, ਘਰ ਪਵਾਓ, ਸੋਲਰ ਦਾ ਟਿਊਬਵੈੱਲ ਲਾਓ, ਜੋ ਮਰਜ਼ੀ ਚੱਕੋ, ਮਤਲਬ ਉੱਥੇ ਤਾਂ ਖੁੱਲ੍ਹੇ ਗੱਫੇ ਚੱਲ ਰਹੇ ਆ। ਅਤੇ ਤੁਸੀਂ ਗਿੱਦੜਬਾਹਾ ਜਾਓਗੇ, ਹੁਣ ਤੁਸੀਂ ਜਾਓਗੇ ਵੀ, ਤੁਸੀਂ ਜਾਣਾ ਵੀ ਹੈ, ਤੁਸੀਂ ਦੇਖਿਓ ਕਿ ਗਿੱਦੜਬਾਹਾ ਦੀ ਸੜਕ ਜਿਹਦੇ 'ਤੇ ਕੋਈ 2-4 ਦਿਨ ਪਹਿਲਾਂ ਗੋਹੇ ਕਾਰਨ ਵੀ ਮਾੜਾ ਜਿਹਾ ਹੰਪ ਬਣਿਆ, ਉਹ ਵੀ ਨਵੀਂ ਬਣਾਤੀ, ਉਹ ਵੀ ਸਰਕਾਰ ਨੇ ਛੱਡੀ ਨਹੀਂ, ਜਿੱਥੇ ਉਹਨਾਂ ਨੂੰ ਲੱਗਿਆ ਵੀ ਇੱਥੇ ਮਾੜਾ ਮੋਟਾ ਵੀ ਟੋਆ, ਐਂ ਲੱਗਣ ਲੱਗ ਪਿਆ ਕਿਤੇ ਬਈ ਵੀ ਪੰਜਾਬ ਦੇ ਹਰ ਹਲਕੇ 'ਚ ਮਹੀਨੇ ਕੁ ਬਾਅਦ ਜ਼ਮੀਨੀ ਚੋਣ ਆ ਜਾ ਕਰਨ ਹੈ, ਪੂਰਾ ਪੰਜਾਬ ਬਦਲ ਜੂ। ਬਿਲਕੁਲ, ਇੱਕ ਵਾਰੀ ਨਾ ਮੈਨੂੰ ਕੋਈ ਬੰਦਾ ਗੱਲ ਸੁਣਾਵੇ, ਕਹਿੰਦੇ ਵੀ ਬਾਘੇ ਪੁਰਾਣੇ ਦੇ ਸ਼ਾਇਦ ਇਲੈਕਸ਼ਨ ਕਿਸੇ ਸਮੇਂ ਸੀ, ਬਾਈ ਪੋਲ ਨਾ ਕੋਈ ਬੰਦਾ ਖੜਾ ਕਰਤਾ ਕਿਸੇ ਪਾਰਟੀ ਨੇ, ਉਹ ਬਜ਼ੁਰਗ ਸੀ, ਕਹਿੰਦੇ ਵੀ ਇਹਨੂੰ ਖੜਾ ਕਰ ਦਿਓ ਯਾਰ, ਬਾਈ ਪੋਲ ਆਜੂਗੀ, ਇਹਨੇ ਮਰਨਾ ਹੀ ਹੈ ਅਤੇ ਆਪਣਾ ਕੰਮ ਹੋਜੂ। ਉਹ ਕਹਿੰਦੇ ਉਹ ਜਿਤਾ ਲਿਆ, ਉਹ ਮਰਿਆ ਹੀ ਨਹੀਂ, ਕਹਿੰਦੇ ਬਾਈ ਪੋਲ ਵੀ ਨਹੀਂ ਆਈ। ਕਈ ਵਾਰ ਐਵੇਂ ਵੀ ਹੋ ਜਾਂਦਾ, ਅੜੀਕਦੇ ਸਾਰੇ ਹੀ ਹੈ। ਬਾਈ ਪੋਲ ਦੇ ਵਿੱਚ ਸਰਕਾਰ ਨੂੰ ਇਹ ਹੁੰਦਾ ਵੀ ਕਿਸੇ ਨਾ ਕਿਸੇ ਤਰੀਕੇ ਇਹਨਾਂ ਨੂੰ ਜਿੱਤ ਗਏ, ਜਿਹਦੇ ਕਰਕੇ ਕੰਮ ਹੋ ਜਾਂਦਾ। ਹੁਣ ਬਾਕੀ ਹਲਕਿਆਂ ਤੋਂ ਤੁਸੀਂ ਹਾਲ ਦੇਖਦੇ ਹੋ, ਤੁਸੀਂ ਸਾਡੇ 'ਚ ਵੀ ਆਏ ਹੋ, ਕੋਟਕਪੁਰਾ ਵੀ ਲੰਘੇ ਹੋ, ਫਰੀਦਕੋਟ ਵਿੱਚ ਦੀ ਵੀ ਤੁਸੀਂ ਲੰਘ ਕੇ ਆਏ ਹੋ, ਬਾਕੀ ਹਲਕਿਆਂ ਦੇ ਤਾਂ ਹਾਲ ਤੁਸੀਂ ਦੇਖ ਹੀ ਰਹੇ ਹੋ ਕਿ ਕੰਮ ਉੱਥੇ ਉਸ ਤਰੀਕੇ ਨਾਲ ਨਹੀਂ ਹੋਏ, ਕੋਈ ਸੜਕ ਨਹੀਂ ਬਣੀ, ਕੋਈ ਬਿਜਲੀ ਨਹੀਂ, ਕੋਈ ਪਾਣੀ ਨਹੀਂ, ਆਹ ਤੁਸੀਂ ਦੇਖ ਹੀ ਰਹੇ ਹੋ, ਪਾਣੀ ਲਗਾਤਾਰ ਬਿਜਲੀ ਦੇ ਕੱਟ ਲੱਗ ਰਹੇ। ਹਾਲਾਂਕਿ ਮਾਨ ਸਾਹਿਬ ਤਾਂ ਖੇਤਾਂ ਨੂੰ ਇਹ ਕਹਿੰਦੇ ਹੁੰਦੇ ਸੀ ਵੀ ਤੁਹਾਨੂੰ ਬੰਦ ਕਰਕੇ ਆਉਣੀ, ਹੁਣ ਘਰਾਂ ਵਾਲਿਆਂ ਦਾ ਇਹ ਹਾਲ ਹੋਇਆ ਪਿਆ। ਅੱਜ ਗੁਰਪੁਰਬ ਹੈ ਨਾ, ਲੋਕ ਆਪਦੇ ਇੱਕ ਵਧੀਆ ਦਿਨ ਨਾਲ ਉੱਠਣਾ ਚਾਹੁੰਦੇ, ਇੱਥੇ ਬਿਜਲੀ ਨਹੀਂ ਹੋਏਗੀ, ਜਦੋਂ ਉੱਠਣ ਨੂੰ ਫਿਰਦੇ ਹੋ ਬਿਜਲੀ ਹੈ ਨਹੀਂ। ਆਮ ਤੌਰ 'ਤੇ ਆਪਾਂ ਕਹਿੰਦੇ ਯਾਰ ਗੁਰਪੁਰਬ ਹੁੰਦੀ ਹੈ, ਮਾਘੀ ਹੁੰਦੀ ਹੈ, ਵੀ ਉੱਠ ਕੇ ਨਹਾਓ, ਅਤੇ ਨਹਾਉਣ ਨੂੰ ਤਾਂ ਹੁਣ ਗਰਮ ਪਾਣੀ ਹੈ ਨਹੀਂ ਲੋਕਾਂ ਦੇ, ਗਰਮ ਪਾਣੀ ਤਾਂ ਕਰਕੇ ਬਿਜਲੀ ਹੋਊਗੀ, ਪਾਣੀ ਤਾਂ ਆਊਗਾ ਜੇ ਬਿਜਲੀ ਹੋਊਗੀ। ਹਰ ਤਰੀਕੇ ਦੇ ਨਾਲ ਬਿਜਲੀ ਦਾ ਇਹ ਹਾਲ ਹੈ ਪੰਜਾਬ ਦੇ ਵਿੱਚ, ਸੜਕਾਂ ਦਾ ਹਾਲ ਬੁਰਾ ਹੈ, ਹਸਪਤਾਲਾਂ ਦਾ ਹਾਲ ਬੁਰਾ ਹੈ, ਪਰ ਗਿੱਦੜਬਾਹੇ ਦੇ ਵਿੱਚ ਕਹਿੰਦੇ ਉਹ ਚੀਜ਼ਾਂ ਦਾ ਬਸ ਮੌਕੇ ਦੇ ਕਰਕੇ ਸਾਰੀਆਂ ਚੀਜ਼ਾਂ ਭਰੀਆਂ ਗਈਆਂ। ਡੈਂਪੀ ਢਿੱਲੋਂ ਜ਼ਰੂਰ ਇਹ ਵਾਅਦਾ ਕਰ ਰਹੇ ਸਾਰਿਆਂ ਨਾਲ ਕਿ ਮੇਰੇ 'ਤੇ ਜ਼ਿੰਮੇਵਾਰੀ ਰੱਖੋ, ਮਾਨ ਸਾਹਿਬ ਨੇ ਕਹਿਤਾ ਕਿ ਜੋ ਕਹੋਗੇ ਉਹ ਕਰੀ ਜਾਵਾਂਗੇ, ਬਸ ਤੁਸੀਂ ਡੈਂਪੀ ਜੀ ਕਾਗਜ਼ ਲੈ ਕੇ ਆਉਣੇ, ਪਾਸ ਮੈਂ ਕਰਨੇ ਆ। ਪਰ ਮੈਂ ਇੱਥੇ ਇੱਕ ਇਹ ਵੀ ਸਵਾਲ ਹੈ ਆਪਣਾ ਕਰਨ ਜੀ ਕਿ ਬਾਕੀ ਜਿਹੜੇ 92 MLA ਪਹਿਲਾਂ ਜਿਤਾਈ ਬੈਠੇ ਆ, ਉਹਨਾਂ ਦੇ ਹਲਕਿਆਂ ਨਾਲ ਕਿਉਂ ਨਹੀਂ ਕਰਦੇ, ਉਹਨਾਂ ਨੂੰ ਕਾਨੂੰਨ ਕਹਿੰਦੇ ਵੀ ਕਾਗਜ਼ ਲੈ ਕੇ ਉਹ ਕੰਮ ਕਰੀਏ ਹੈ ਉਹਨਾਂ। ਬਿਲਕੁਲ, ਹੁਣ ਤੁਸੀਂ ਦੇਖੋ ਕਿ ਜਿਹੜੇ ਮਰਜ਼ੀ ਹਲਕੇ, ਚਾਹੇ ਬਠਿੰਡਾ ਦੇ ਕਿਸੇ ਹਲਕੇ ਚਲੇ ਜਾਓ, ਚਾਹੇ ਤੁਸੀਂ ਫਰੀਦਕੋਟ ਦੇ ਕਿਸੇ ਹਲਕੇ ਚਲੇ ਜਾਓ, ਚਾਹੇ ਮੋਗੇ ਦੇ ਕਿਸੇ ਹਲਕੇ ਚਲੇ ਜਾਓ, ਉੱਥੋਂ ਦੇ ਪਿੰਡਾਂ ਦੇ ਵਿੱਚ ਬੁਰਾ ਹਾਲ ਹੋਇਆ ਪਿਆ। ਡਿਸਪੈਂਸਰੀਆਂ 'ਚ ਦਵਾਈਆਂ ਨਹੀਂ, ਮਹੱਲਾ ਕਲੀਨਿਕਾਂ ਦੀ ਜਿਹੜੀ ਤੁਸੀਂ ਦੇਖੀ ਆ ਹਾਲਤ, ਹੁਣ ਉਹਨਾਂ ਤੋਂ ਫੋਟੋਆਂ ਲਾਉਣ ਦੇ ਵੀ ਆਰਡਰ ਆ ਗਏ, ਹੁਣ ਮਹੱਲਾ ਕਲੀਨਿਕ ਦਾ ਨਾਮ ਵੀ ਬਦਲ ਜਾਣਾ। ਜਿਹੜੇ ਆਹ ਸਕੂਲ ਬਣਾਏ ਸੀਗੇ, ਕੀ ਨਾਮ ਸੀ ਉਹਨਾਂ ਦਾ, ਜਿਹੜੇ ਮਾਨ ਸਾਹਿਬ ਨੇ, ਐਮੀਨੈਂਸ, ਉਹਨਾਂ ਦੇ ਉੱਤੇ PM ਲੱਗ ਜਾਣਾ, ਕਿਉਂਕਿ ਉਹ ਕੇਂਦਰ ਦੀ ਸਕੀਮ ਸੀ, ਉਹ ਆਪਦੇ ਨਾਂ ਬਦਲ ਲਈ ਸੀ। ਸੋ ਕੁੱਲ ਮਿਲਾ ਕੇ ਜਿਹੜੀਆਂ ਗੱਲਾਂ ਹੈ ਉਹ ਤਾਂ ਸਰਕਾਰ ਦੀਆਂ ਉਸ ਤਰੀਕੇ ਨਾਲ ਨਹੀਂ ਹੈ। ਗਿੱਦੜਬਾਹੇ ਜਿਹੜੇ ਅਕਾਲੀ ਘੱਟੜ ਅਕਾਲੀ ਬੜਾ ਤਕੜਾ ਵੋਟ ਬੈਂਕ ਹੈ, ਕੀ ਅੰਦਰ ਖਾਤੇ ਸੁਨੇਹੇ ਲੱਗ ਰਹੇ ਆ ਸੁਖਬੀਰ ਬਾਦਲ ਹੋਣਾ ਵੱਲੋਂ, ਵੀ ਵੋਟ ਕਿਹਨੂੰ ਪਾਉਣੀ ਹੈਗੀ, ਕਿਹੜਾ ਜਿਤਾਉਣਾ? ਮੈਂ ਅਕਾਲੀਆਂ ਦੀ ਤੁਹਾਨੂੰ ਗੱਲ ਦੱਸਦਾ, ਇਹ 'ਚ ਨਾ ਅਕਾਲੀ ਦਲ ਦੇ ਲੋਕਾਂ ਨੂੰ ਇਹ ਲੱਗ ਰਿਹਾ ਕਿ ਅਕਾਲੀ ਦਲ ਦੀ ਵੋਟ ਮਨਪ੍ਰੀਤ ਸਿੰਘ ਬਾਦਲ ਨਹੀਂ ਜਾ ਸਕਦੀ ਹੈ, ਪਰ ਮਨਪ੍ਰੀਤ ਸਿੰਘ ਬਾਦਲ ਤੋਂ ਪਹਿਲਾਂ ਡੈਂਪੀ ਢਿੱਲੋਂ ਬੈਠਾ। ਉਹਦਾ ਕਾਰਨ ਕੀ ਹੈ? ਡੈਂਪੀ ਢਿੱਲੋਂ ਹਲਕਾ ਇੰਚਾਰਜ ਸੀ, ਬੰਦੇ ਡੈਂਪੀ ਢਿੱਲੋਂ ਨਾਲ ਜੁੜੇ ਹੋਏ ਸੀ, ਹੁਣ ਤੁਹਾਡੇ ਨਾਲ ਮੈਂ ਜੁੜਿਆ, ਤੁਹਾਡੇ ਨਾਲ ਟੁੱਟ ਕੇ ਮੈਂ ਆਪਦੀ ਪਾਰਟੀ ਨਾਲ ਜਾਣਾ, ਤੁਸੀਂ ਛੱਡ ਕੇ ਮੈਂ ਆਪਦੀ ਪਾਰਟੀ ਨਾਲ ਜਾਣਾ, ਪਰ ਪਾਰਟੀ ਮੇਰੀ ਇਲੈਕਸ਼ਨ ਨਹੀਂ ਲੜ ਰਹੀ, ਫਿਰ ਤਾਂ ਮੈਂ ਇਹੀ ਸੋਚੂੰਗਾ ਯਾਰ ਵੀ ਇਹਦੇ ਕੋਲ ਬੈਠੇ ਰਹੋ, ਚੱਲ 2.5 ਸਾਲ ਇਹਦੇ ਨਾਲ ਸਰਕਾਰ ਦਾ ਨਜ਼ਾਰਾ ਹੀ ਲੈ ਲਾਂਗੇ। ਅਤੇ ਇਹ ਚੀਜ਼ ਵਾਪਰੀ ਹੈ, ਕਿਉਂਕਿ ਜਦੋਂ ਡੈਂਪੀ ਢਿੱਲੋਂ ਨੇ ਪਾਰਟੀ ਛੱਡੀ ਹੈ, ਉਦੋਂ ਇਕੱਠ ਦੇ ਵਿੱਚ ਅਸੀਂ ਸੀ, ਉੱਥੇ ਉਹਨਾਂ ਨੇ ਕਿਹਾ ਸੀ ਬੜਾ ਗਰੀਬ ਸੀ, ਬੜਾ ਗਰੀਬ ਸੀ, ਉਹਦੇ ਇਕੱਠ ਦੇ ਵਿੱਚ ਉੱਥੇ ਸੀ, ਤਾਂ ਉੱਥੇ ਉਹਨਾਂ ਨੇ ਨਾ ਇੱਕ ਗੱਲ ਕਹੀ ਜਿਹੜੀ ਵੀ ਮੈਂ ਪਾਰਟੀ ਛੱਡਾਂਗੇ ਨਾ,
ਤਾਂ ਜਿਹੜੇ ਪਾਰਟੀ ਛਡਵਾਉਣ ਦੇ ਵਿੱਚ ਸੀ ਉਹਨਾਂ ਦੇ, ਉਹ ਸਾਰੇ ਅਕਾਲੀ ਦਲ ਦੇ ਬੰਦੇ ਸੀ। ਉਹ ਕਿਸੇ ਕੋਈ ਆਮ ਆਦਮੀ ਪਾਰਟੀ ਵਾਲਾ ਤਾਂ ਉੱਥੇ ਆਇਆ ਨਹੀਂ ਸੀ। ਉਹ ਅਕਾਲੀ ਦਲ ਦੇ ਬੰਦਿਆਂ ਨੂੰ ਵੀ ਇਹ ਸੀ ਵੀ ਆਹ 2.5 ਸਾਲ ਪਹਿਲਾਂ ਹੀ ਅਸੀਂ 7.5 ਸਾਲ ਹੋ ਗਏ ਸਰਕਾਰ ਤੋਂ ਪਾਸੇ ਹੈ, 2.5 ਸਾਲ ਤਾਂ ਨਜ਼ਾਰੇ ਲੈ ਲਈਏ, ਅਤੇ ਉਹ ਨਜ਼ਾਰੇ ਲੈਣ ਵਾਸਤੇ ਵੀ ਤਿਆਰ ਹੋ ਗਏ ਸੀ, ਕਿਉਂਕਿ ਸਰਪੰਚੀ ਦੇ ਮੌਕੇ ਆਮ ਆਦਮੀ ਪਾਰਟੀ ਦੇ ਬੰਦਿਆਂ ਦੀਆਂ ਟਿਕਟਾਂ ਕੱਟ ਕੇ ਅਕਾਲੀ ਦਲ ਦੇ ਬੰਦਿਆਂ ਨੂੰ ਸਰਪੰਚ ਬਣਾਇਆ ਗਿਆ। ਜਿਹੜਿਆਂ ਨੇ ਗਿੱਦੜ ਵਾਹੇ ਆਮ ਆਦਮੀ ਪਾਰਟੀ ਦਾ ਬੂਟਾ ਲਾਇਆ, ਅਗਲੇ 2.5 ਸਾਲ ਮੰਨਦੇ ਹੋ ਜੇ ਜਿੱਤਦਾ ਡਿੰਪੀ ਤਾਂ ਉਹਨਾਂ ਲਈ ਔਖਾ ਹੋ ਸਕਦਾ? ਉਹਨਾਂ ਦਾ ਤਾਂ ਪਹਿਲਾਂ ਹੀ ਬੂਟਾ ਪੱਟਿਆ ਗਿਆ ਜੀ, ਸੁਖਜਿੰਦਰ ਕੌਣੀ, ਜਿਹੜੇ ਲਗਾਤਾਰ ਸਕੂਟਰ 'ਤੇ ਫਿਰ ਫਿਰ ਕੇ 2014 ਦੀਆਂ ਚੋਣਾਂ ਮੌਕੇ ਮੈਂ ਅੱਖੀਂ ਦੇਖਿਆ ਕਿ ਉਹ ਸਕੂਟਰ 'ਤੇ ਜਾਂਦੇ ਹੁੰਦੇ ਸੀ ਪ੍ਰਚਾਰ ਕਰਨ ਪਿੰਡਾਂ 'ਚ। ਪਹਿਲਾਂ ਉਹਨਾਂ ਨੂੰ 17 'ਚ ਟਿਕਟ ਨਹੀਂ ਦਿੱਤੀ, 22 'ਚ ਟਿਕਟ ਨਹੀਂ ਦਿੱਤੀ, ਹੁਣ ਡੈਂਪੀ ਲੈ ਜਾਂਦਾ। ਪ੍ਰਿਤਪਾਲ ਸ਼ਰਮਾ ਉਹ BJP ਚਲੇ ਜਾ ਚੁੱਕੇ ਆ, ਜਿਹੜੇ ਪਿੰਡਾਂ ਦੇ ਵਰਕਰ ਹੈ, ਠੀਕ ਹੈ ਨਾ। ਹੁਣ ਜਿਵੇਂ ਇੱਕ ਨਾ ਸਾਡੇ ਪਿੰਡਾਂ 'ਚ ਇੱਕ ਮਜ਼ਬੂਰੀ ਬਣ ਜਾਂਦੀ ਹੈ, ਉਹ ਕੀ ਬਣ ਜਾਂਦੀ ਹੈ, ਅਸੀਂ ਜਦੋਂ ਕਿਸੇ ਪਾਰਟੀ ਨਾਲ ਜੁੜ ਜਾਂਦੇ ਹਾਂ ਨਾ, ਅਤੇ ਜੇ ਉਹਨੂੰ ਅਸੀਂ ਛੱਡਦੇ ਹਾਂ ਉਹ ਜਾ ਯਾਰ, ਜਿਵੇਂ ਆਪਣੇ ਆਮ ਹੀ ਪਿੰਡਾਂ 'ਚ ਇੱਕ ਸਾਡੇ ਖਾਸ ਕਰਕੇ ਮਾਲਵੇ 'ਤੇ ਕਹਿੰਦੇ ਆ ਉਹ ਯਾ ਯਾਰ ਹੁਣ ਤਾਂ ਮੌਕਾ ਸੀ, ਹੁਣ ਤੂੰ ਪਾਸੇ ਹਟ ਕੇ, ਐਂ ਨਹੀਂ ਪਤਾ ਹੁੰਦਾ, ਤੂੰ ਪੁੱਛਦਾ ਹੀ ਕੋਈ ਨਹੀਂ। ਪਰ ਉਹ ਵਿਚਾਰਾ ਇਸੇ ਗੱਲ 'ਚ ਵੀ ਯਾਰ ਵੀ ਮੇਰੇ ਇੱਕ ਧਰਾ ਹੈ, ਮੈਨੂੰ ਲੋਕ ਕੀ ਕਹਿਣਗੇ, ਇਸੇ ਕਰਕੇ ਉਹ ਪਾਰਟੀ ਤੁਰਿਆ ਫਿਰਦਾ। ਅਸਲ ਦੇ ਵਿੱਚ ਉੱਥੇ ਝਾੜੂ ਵਾਲੇ ਵਰਕਰਾਂ ਦਾ ਹਾਲ ਬੁਰਾ ਹੀ ਹੈ, ਕਿਉਂਕਿ ਜਦੋਂ ਕੁਦਰਤੀ ਗੱਲ ਹੈ ਤੁਸੀਂ ਮੇਰੇ ਨਾਲ ਪਹਿਲਾਂ ਦੇ ਜੁੜੇ ਹੋ, ਮੈਨੂੰ ਅੱਜ ਕੋਈ ਤਾਕਤ ਮਿਲੂਗੀ ਮੈਂ ਤਾਂ ਤੁਹਾਡਾ ਪਹਿਲਾਂ ਫਾਇਦਾ ਕਰੂੰਗਾ, ਉਹ ਤਾਂ ਮੈਨੂੰ ਬਾਅਦ 'ਚ ਹੈ। ਬੇਸ਼ੱਕ ਡੈਂਪੀ ਢਿੱਲੋਂ ਇਹ ਕਹਿੰਦੇ ਕਿ ਝਾੜੂ ਵਾਲੇ ਵਰਕਰਾਂ ਦਾ ਮੈਂ ਸਨਮਾਨ ਕਰੂੰਗਾ, ਮੇਰੇ ਲਈ ਉਨਾ ਹੀ ਖਾਸ ਹੈ, ਪਰ ਇਹ ਰਾਜਨੀਤੀ ਵਿੱਚ ਕਹਿਣ ਦੀਆਂ ਗੱਲਾਂ ਹੋਰ ਹੁੰਦੀਆਂ। ਜਿਹੜਾ ਬੰਦਾ ਹੁਣ ਕੋਈ ਕਹੂਗਾ ਜਿਹੜਾ ਅਕਾਲੀ ਦਲ ਛੱਡ ਕੇ ਡੈਂਪੀ ਢਿੱਲੋਂ ਚੱਲਿਆ, ਉਹ ਹੁਣ ਕੱਲ੍ਹ ਨੂੰ ਡੈਂਪੀ ਢਿੱਲੋਂ ਕਹਿਣਗੇ ਵੀ ਮੈਂ ਪੂਰੀ ਆਮ ਆਦਮੀ ਪਾਰਟੀਆਂ ਦੀ ਕਰੂੰਗਾ, ਕਹੂਗਾ ਅਸੀਂ ਤੁਹਾਡੇ ਪਿੱਛੇ ਪਾਰਟੀ ਛੱਡੇ, ਅਸੀਂ ਤੁਹਾਡੇ ਪਿੱਛੇ ਸਟੈਂਡ ਲਿਆ, ਸਾਡੇ ਕਰਕੇ ਤਾਂ ਭਗਵੰਤ ਮਾਨ ਨੇ ਤੁਹਾਡੀ ਇੱਜ਼ਤ ਕੀਤੀ ਵੀ ਐਡਾ ਇਕੱਠ ਹੈ ਤੇਰੇ ਮਗਰ, ਅਤੇ ਤੁਸੀਂ ਹੁਣ ਝਾੜੂ ਵਾਲਿਆਂ ਨੂੰ ਮੂਹਰੇ ਲਾਓਗੇ, ਤਾਂ ਕੁੱਲ ਮਿਲਾ ਕੇ ਉੱਥੇ ਝਾੜੂ ਵਾਲਿਆਂ ਨਾਲ ਕਾਫੀ ਭੈੜੀ ਹੋਣੀ ਹੈ। ਉਹਨਾਂ ਨੂੰ ਪੁੱਛਣਾ ਕਿਸੇ ਨਾ ਕਿਸੇ ਨੇ, ਪਹਿਲਾਂ ਵੀ ਨਹੀਂ ਪੁੱਛਿਆ, ਕਿਉਂਕਿ ਪ੍ਰਿਤਪਾਲ ਸ਼ਰਮਾ ਜਦੋਂ ਇੰਟਰਵਿਊ ਦਿੰਦੇ ਤਾਂ ਉਹ ਕਹਿੰਦੇ ਕਿ ਭਗਵੰਤ ਸਿੰਘ ਮਾਨ ਨੇ ਰਾਜੇ ਵੜਿੰਗ ਨੂੰ ਪਾਵਰਾਂ ਵੱਧ ਦਿੱਤੀਆਂ ਹੋਈਆਂ ਸੀ, ਅਫਸਰ ਰਾਜੇ ਵੜਿੰਗ ਦੀ ਗੱਲ ਸੁਣਦੇ ਸੀ, ਮੇਰੀ ਕੋਈ ਨਹੀਂ ਸੁਣਦਾ ਸੀ, ਹਾਲ ਉੱਥੇ ਪਹਿਲਾਂ ਵੀ ਬੁਰਾ ਹੀ ਸੀ, ਅਤੇ ਅੱਗੇ ਜਾ ਕੇ ਹੋਰ ਬੁਰਾ ਹੋਣਾ, ਕਿਉਂਕਿ ਹੁਣ ਤਾਕਤ ਡੈਂਪੀ ਢਿੱਲੋਂ ਕੋਲੇ ਚਲੀ ਜਾਣੀ ਹੈ, ਅਤੇ ਡੈਂਪੀ ਢਿੱਲੋਂ ਦਾ ਜਿਹੜਾ ਗਲਬ ਆ ਉਹ ਉਹੀ ਅਕਾਲੀ ਦਲ ਵਾਲਾ, ਉਹੀ ਉਹਨਾਂ ਦੇ ਬੰਦੇ ਆ, ਉਹੀ ਬੇਸ਼ੱਕ 22 ਦੇ ਕਰੀਬ ਪੰਚਾਇਤਾਂ ਹਾਈਕੋਰਟ ਨੇ ਰੱਦ ਜ਼ਰੂਰ ਕਰ ਦਿੱਤੀਆਂ ਵੀ ਉੱਥੇ ਇਲੈਕਸ਼ਨ ਕਮਿਸ਼ਨ ਨੇ ਕਿ ਉੱਥੇ ਚੋਣਾਂ ਨਹੀਂ ਹੋਣਗੀਆਂ ਜਿਹੜੀਆਂ ਡੈਂਪੀ ਢਿੱਲੋਂ ਨੇ ਧੱਕੇ ਨਾਲ ਬਣਾਤੀਆਂ ਸੀ, ਪਰ ਬਣਾਉਣਾ ਤਾਂ ਫਿਰ ਵੀ ਉਹਨਾਂ ਨੂੰ ਹੀ ਆ ਨਾ, ਤਾਂ ਜਿਨ੍ਹਾਂ ਨੂੰ ਬਣਾਇਆ ਬੀਜੇ ਨਾਲੇ ਹੋਰ ਸੀਗੇ, ਹੁਣ ਵੱਢਣ ਕੋਈ ਹੋਰ ਆ। ਬਿਲਕੁਲ, ਇਹ ਤਾਂ ਆਮ ਆਦਮੀ ਪਾਰਟੀ 'ਚ ਹੋ ਹੀ ਰਿਹਾ, ਜਿਹੜੇ ਬੀਜੇ ਨਾਲੇ ਸੀ ਵੱਢਣ, ਹੁਣ ਤੁਸੀਂ ਦੇਖਿਆ ਹੀ ਹੈ ਬਰਨਾਲੇ ਹਲਕੇ ਦੀ ਵੀ ਜੇ ਆਪਾਂ ਗੱਲ ਕਰ ਲਈਏ, ਉੱਥੇ ਵੀ ਤਾਂ ਇਹੀ ਰੌਲਾ ਕਿ ਬੀਜਦੇ ਹੋਰ ਰਹਿ ਗਏ, ਬੇਸ਼ੱਕ ਉਹ ਮੁੱਕਰ ਰਹੇ ਆ ਜਾਂ ਉਹ ਕਹਿ ਰਿਹਾ ਕਿ ਨਹੀਂ ਹੈ ਮੀਤ ਹੈ ਕਿ ਮੇਰੀ ਮਾਸੀ ਦਾ ਮੁੰਡਾ ਨਹੀਂ ਹੈ, ਪਰ ਲੋਕਾਂ ਦੇ ਵਿੱਚ ਤਾਂ ਇਹ ਚਰਚਾ ਨਾ ਕਿ ਮਸੇਰ ਪਿਆਰਾ ਹੋ ਗਿਆ ਵਰਕਰ ਪਿੱਛੇ ਕਰਤੇ, ਮਸੇਰ ਨੂੰ ਮੂਹਰੇ ਲੈ ਜਾਂਦਾ, ਤਾਂ ਮਸੇਰ ਦੇ ਚੱਕਰ ਦੇ ਵਿੱਚ ਵਿੱਚ ਹੀ ਮੈਨੂੰ ਇਹ ਲੱਗਦਾ ਕਿ ਗਿੱਦੜਵਾਹਾ ਸੀਟ ਆਮ ਆਦਮੀ ਪਾਰਟੀ ਦੇ ਉੱਥੋਂ ਜਾਊਗੀ, ਬਰਨਾਲਾ ਸੀਟ ਆਮ ਆਦਮੀ ਪਾਰਟੀ ਦੇ ਉੱਥੋਂ ਜਾ ਰਹੀ ਹੈ ਮਸੇਰ ਦੇ ਚੱਕਰ ਦੇ ਵਿੱਚ, ਕਿਉਂਕਿ ਗੁਰਦੀਪ ਬਾਠ ਖੜ੍ਹੇ ਹੋ ਗਏ ਆ ਆਮ ਆਦਮੀ ਪਾਰਟੀ ਦੀ। ਉਹ ਮੈਂ ਨਹੀਂ ਕਹਿੰਦਾ ਕਿ ਉਹ ਬਹੁਤ ਵੱਡੀ ਵੋਟ ਬੈਂਕ ਹੈ, ਪਰ ਜਿਮਨੀ ਚੋਣਾਂ ਦੇ ਜਿਸ ਤਰੀਕੇ ਦਾ ਮੁਕਾਬਲਾ ਹੈ, ਜੇ ਉਹ 5000 ਵੋਟ ਵੀ ਲੈ ਗਏ ਤਾਂ 5000 ਵੋਟ ਆਮ ਆਦਮੀ ਪਾਰਟੀ ਨੂੰ 10000 ਦਾ ਨੁਕਸਾਨ ਕਰਕੇ ਜਾਊਗੀ। ਚੰਨੀ ਸਾਹਿਬ ਨੇ ਮਾਹੌਲ ਬਣਤਾ ਉੱਥੇ ਬਰਨਾਲੇ ਹੈ, ਚੰਨੀ ਸਾਹਿਬ ਦਾ ਤਾਂ ਦੇਖੋ, ਚੰਨੀ ਸਾਹਿਬ ਦੇ ਆਉਣ ਨਾਲ ਬਰਨਾਲੇ ਕਾਲੇ ਢਿੱਲੋਂ ਦੀ ਜਿਸ ਤਰੀਕੇ ਨਾਲ ਹਵਾ ਬਣੀ ਹੈ ਉਹ ਵਾਕਈ ਕਮਾਲ ਹੈ। ਵੈਸੇ ਤਾਂ ਲੋਕਾਂ ਦਾ ਚਲੋ ਠੀਕ ਹੈ, ਲੋਕ ਨਿਰਾਸ਼ ਹੈ ਸਰਕਾਰ ਤੋਂ ਨਿਰਾਸ਼ ਹੈ, ਪਰ ਲੋਕਾਂ ਕੋਲ ਆਪਸ਼ਨ ਵੀ ਕੋਈ ਨਹੀਂ, ਲੋਕ ਵਾਪਸ ਉਹਨਾਂ ਪਾਰਟੀਆਂ ਵੱਲ ਜਾਣਾ ਵੀ ਨਹੀਂ ਚਾਹੁੰਦੇ, ਪਰ ਜਿੱਥੇ ਉਹਨਾਂ ਨੂੰ ਲੱਗਦਾ ਕਿ ਚਲੋ ਵੀ ਹੁਣ ਹੋਰ ਨਹੀਂ ਹੱਲ ਤਾਂ ਚਲੋ ਫਿਰ ਇੱਧਰ ਹੀ ਆ ਜਾਓ, ਪਰ ਚੰਨੀ ਚਰਨਜੀਤ ਸਿੰਘ ਚੰਨੀ ਦੀ ਜੋ ਇਮੇਜ ਉਹ ਫਿਰੋਜ਼ਪੁਰ ਵਾਲੇ ਕਾਂਡ ਤੋਂ ਬਣਿਆ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਆਉਂਦੇ ਆ ਅਤੇ ਉਹਨਾਂ ਨੂੰ ਕਿਸਾਨਾਂ ਵੱਲੋਂ ਰੋਕਿਆ ਜਾਂਦਾ ਅਤੇ ਆਰਡਰ ਹੁੰਦਾ ਕਿ ਪਰਚੇ ਦਿਓ ਕਿਸਾਨਾਂ 'ਤੇ, ਤਾਂ ਉਹ ਇਹ ਸਟੈਂਡ ਲੈ ਜਾਂਦਾ ਕਿ ਰੋਕ ਲਿਆ ਤਾਂ ਰੋਕ ਲਿਆ, ਆਹ ਸਪਸ਼ਟ ਸ਼ਬਦ ਹੁੰਦੇ ਆ, ਮੈਂ ਨਹੀਂ ਕਿਸੇ 'ਤੇ ਪਰਚਾ ਦੇਣਾ, ਮੈਂ ਨਹੀਂ ਕਿਸੇ 'ਤੇ ਡਾਂਗ ਫੇਰਨੀ, ਉਹ ਗੱਲ ਨੇ। ਬੇਸ਼ੱਕ ਉਸ ਤੋਂ ਬਾਅਦ ਉਹ 2 ਚੋਣਾਂ ਹਾਰ ਗਏ ਆ, ਭਦੌੜ ਵੀ ਹਾਰ ਗਿਆ ਅਤੇ ਆਪਦੀ ਸੀਟ ਵੀ ਹਾਰ ਗਿਆ, ਪਰ ਪੰਜਾਬ ਹੈ ਨਾ ਜਿਹੜਾ ਇਹ ਆਪਦੇ ਨਾਲ ਖੜ੍ਹਨ ਵਾਲਿਆਂ ਦਾ ਮੁੱਲ ਜ਼ਰੂਰ ਮੋੜਦਾ, ਤੁਸੀਂ ਮੁੱਲ ਮੋੜਨ ਦੀ ਗੱਲ ਆ, ਸਰਬਜੀਤ ਸਿੰਘ ਖਾਲਸਾ ਮੁੱਲ ਮੋੜਿਆ,
ਠੀਕ ਹੈ, ਅੰਮ੍ਰਿਤਪਾਲ 'ਤੇ ਹੋਏ ਜ਼ੁਲਮ ਦਾ ਮੁੱਲ ਮੋੜਿਆ ਵੀ ਉੱਥੇ ਉਹਨੂੰ ਡਿਬਰੂਗੜ੍ਹ ਭੇਜਣ ਦਾ, ਤਾਂ ਉਵੇਂ ਤੁਸੀਂ ਜਦੋਂ ਰਿਜ਼ਲਟ ਆਪਾਂ ਦਿੱਤੇ ਆ 2024 ਦਿਆਂ 'ਤੇ, ਸਭ ਤੋਂ ਪਹਿਲਾਂ ਲੀਡ ਚਰਨਜੀਤ ਸਿੰਘ ਚੰਨੀ ਨੇ ਫੜੀ ਹੈ ਅਤੇ ਉਹ ਐਂਡ ਤੱਕ ਨਹੀਂ ਛੱਡੀ ਸੀ, ਅਤੇ ਇਹ ਵੀ ਚਰਚਾ ਸੀ ਕਿ ਚਰਨਜੀਤ ਸਿੰਘ ਚੰਨੀ ਪੰਜਾਬ ਦੀ ਕਿਸੇ ਵੀ ਰਿਜ਼ਰਵ ਸੀਟ ਤੋਂ ਖੜ੍ਹੇ ਹੋ ਜਾਂਦੇ, ਉਹ ਹਾਰਨੇ ਨਹੀਂ ਸੀ। ਅਤੇ ਹੁਣ ਇਹ ਵੀ ਇੱਕ ਹੋਰ ਮੈਂ ਤੁਹਾਨੂੰ ਦੱਸਦਾ ਕਿ ਗਿੱਦੜ ਬਹੇ ਵੀ ਉਹ ਆ ਰਹੇ ਆ ਪ੍ਰਚਾਰ ਕਰਨ, ਸ਼ਾਇਦ 17 ਤਰੀਕ ਹੈ ਉਹਨਾਂ ਦੀ ਪ੍ਰਚਾਰ ਕਰਨ ਆ ਰਹੇ ਆ, ਅਤੇ ਗਿੱਦੜਬਾਹਾ ਦੇ ਵਿੱਚ ਵੀ ਰਾਜੇ ਵੜਿੰਗ ਨੂੰ ਫਾਇਦਾ ਮਿਲੂਗਾ ਚਰਨਜੀਤ ਸਿੰਘ ਚੰਨੀ ਦਾ। ਰਾਜਾ ਵੜਿੰਗ ਬੇਸ਼ੱਕ ਆਪਦਾ ਕੱਦ ਚਰਨਜੀਤ ਸਿੰਘ ਚੰਨੀ ਤੋਂ ਵੱਡਾ ਮੰਨਣ, ਪ੍ਰਧਾਨ ਨੇ, ਠੀਕ ਹੈ, 3 ਵਾਰ ਦੇ ਐੱਮ ਐੱਲ ਏ ਨੇ, 1 ਵਾਰ ਦੀ ਐੱਮ ਪੀ ਨੇ, ਪਰ ਚਰਨਜੀਤ ਸਿੰਘ ਚੰਨੀ ਦਾ ਕੱਦ ਪੰਜਾਬ ਦੇ ਲੋਕਾਂ ਦੇ ਦਿਲਾਂ 'ਚ ਵੱਡਾ ਹੈ, ਦਿਲਾਂ 'ਚ ਵੱਡਾ। ਪਾਰਟੀ ਦੇ ਵਿੱਚ ਭਾਵੇਂ ਉਹਨਾਂ ਦਾ ਕੱਦ ਰਾਜੇ ਵੜਿੰਗ ਤੋਂ ਛੋਟਾ ਹੋਵੇਗਾ ਕਿਉਂਕਿ ਉਹ ਪ੍ਰਧਾਨ ਨੇ, ਉਹ ਉਦੋਂ ਹੇਠਾਂ ਨੇ, ਪਰ ਲੋਕ ਇਹ ਗੱਲ ਨੂੰ ਮੰਨਦੇ ਆ ਕਿ ਜਿਹੜਾ ਬੰਦਾ ਮੋਦੀ ਖਿਲਾਫ ਫੜ ਗਿਆ, ਜਿਹਦੇ ਖਿਲਾਫ ਭਗਵੰਤ ਸਿੰਘ ਮਾਨ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ, ਜੀ ਦੇਖੋ ਆ ਭਰਤੀ ਕੀਤਾ ਮੁੰਡਾ, ਪੈਸੇ ਲੈ ਲਏ, ਜੇ ਵੋ, ਕਿਸ ਤਰੀਕੇ ਨਾਲ ਮਨਪ੍ਰੀਤ ਬਾਦਲ ਜਿਸ ਤਰੀਕੇ ਆਪਾਂ ਗੱਲ ਕਰ ਰਹੇ ਸੀ ਵੀ ਐਸਸੀ ਵੋਟ ਨੂੰ ਗਿੱਦੜ ਵਾਹੇ ਪੂਰਾ ਹੈ ਨਾ ਟਾਰਗੇਟ ਕਰ ਰਹੇ ਆ, ਉਹਦਾ ਵੀ ਜ਼ੋਰ ਲੱਗਾ ਵੀ ਚੰਨੀ ਨਾ ਹੀ ਆਵੇ। ਬਿਲਕੁਲ, ਮਨਪ੍ਰੀਤ ਬਾਦਲ ਨੂੰ ਮੰਨਿਆ ਜਾਂਦਾ ਕਿ ਸੀਐਮ ਬਣਾਉਣ ਵਾਲੇ ਚੰਨੀ ਨੂੰ ਮਨਪ੍ਰੀਤ ਬਾਦਲ ਹੀ ਹੈ ਜਿਹਨੇ ਨਾ ਉਸ ਮੀਟਿੰਗ ਦੇ ਵਿੱਚ ਕੈਪਟਨ ਵਾਲੀ 'ਚ ਸੁਝਾਅ ਕੀਤਾ ਸੀ। ਬਿਲਕੁਲ, ਇਹ ਵੀ ਇੱਕ ਗੱਲ ਹੈ, ਮਨਪ੍ਰੀਤ ਸਿੰਘ ਬਾਦਲ ਕਦੋਂ ਚਾਹੁੰਗੇ ਫਿਰ ਤੁਹਾਨੂੰ ਹੋਰ ਦੱਸਦਾ, ਇਕੱਲਾ ਮਨਪ੍ਰੀਤ ਚਰਨਜੀਤ ਸਿੰਘ ਚੰਨੀ ਦੇ ਆਉਣਾ ਉਹ ਵੋਟ 'ਤੇ ਨਹੀਂ ਫਰਕ ਪੈਣਾ, ਸਾਡੀ ਐਸਸੀ ਵੋਟ 'ਤੇ ਨਹੀਂ ਫਰਕ ਪੈਣਾ, ਇਹਦੇ ਨਾਲ ਜੱਟਾਂ ਦੀਆਂ ਵੋਟਾਂ 'ਤੇ ਵੀ ਫਰਕ ਪੈਣਾ, ਜਿਹੜੀ ਜੱਟ ਬੈਲਟ ਹੈ ਖਾਸ ਕਰਕੇ ਉਹਦੇ 'ਤੇ ਫਰਕ ਪੈਣਾ, ਕਿਉਂਕਿ ਕਿਸਾਨ ਯੂਨੀਅਨਾਂ ਦੇ ਮੂੰਹੋਂ ਮੈਂ ਇਹ ਗੱਲ ਸੁਣੀ ਹੈ ਕਿ ਪੰਜਾਬ ਦੀ ਖਾਤਰ ਜਿਹੜਾ ਇਹ ਸਟੈਂਡ ਲਿਆ ਸੀ ਉਹ ਚਰਨਜੀਤ ਸਿੰਘ ਚੰਨੀ ਨੇ ਲਿਆ ਸੀ। ਮਤਲਬ ਕਿਸਾਨ ਯੂਨੀਅਨ ਆ ਬੇਸ਼ੱਕ ਵਿਰੋਧ ਕਰਨ ਕਾਂਗਰਸ ਦਾ, ਬੇਸ਼ੱਕ ਉਹ ਨਹੀਂ ਆਪਦੇ ਉਸ ਏਜੰਡੇ 'ਤੇ ਮੰਨਦੇ ਆ ਵੀ ਇਹ ਵੀ ਲੁਟੇਰੇ ਆ ਜੋ ਵੀ ਹੈ, ਪਰ ਇੱਕ ਹੁੰਦਾ ਨਾ ਇੱਕ ਬੰਦੇ ਪ੍ਰਤੀ ਆਪਣੀ ਥੋੜ੍ਹੀ ਜਿਹੀ ਨਰਮ ਦਿਲ ਹੁੰਦਾ, ਤਾਂ ਉਹ ਚਰਨਜੀਤ ਸਿੰਘ ਚੰਨੀ ਪ੍ਰਤੀ ਕਿਸਾਨ ਜਥੇਬੰਦੀਆਂ ਦੇ ਮਨ ਦੇ ਵਿੱਚ ਵੀ ਉਹ ਨਿਮਰਤਾ ਹੈਗੀ ਹੈ ਕਿ ਉਹ ਇੱਕ ਸਪੇਸ ਲੋਕਾਂ ਦੇ, ਪੰਜਾਬ ਦੀ ਮੈਂ ਤੁਹਾਨੂੰ ਦੱਸਦਾ, ਪੰਜਾਬ ਬਾਗੀਆਂ ਦਾ, ਪੰਜਾਬ ਅੜਨ ਵਾਲਿਆਂ ਦਾ, ਦਲੇਰਾਂ ਦਾ, ਇਹ ਮਰੀਦ ਹੈ ਪੰਜਾਬ। ਪੰਜਾਬ ਦੇ ਵਿੱਚ ਹੁਣ ਰਾਜੇ ਵੜਿੰਗ ਦੀ ਉਹ ਪਾਪੂਲੈਰਿਟੀ ਕਿਉਂ ਘਟੀ ਹੈ? ਕਿਉਂਕਿ ਲੋਕਾਂ ਨੂੰ ਇਹ ਲੱਗਿਆ ਕਿ ਬੱਸਾਂ ਵਾਲੀਆਂ ਬਾਡੀਆਂ ਦੇ ਚੱਕਰ ਦੇ ਵਿੱਚ ਇਹ ਭਗਵੰਤ ਸਿੰਘ ਮਾਨ ਨਾਲ ਮਿਲ ਕੇ ਚੱਲਦੇ ਆ, ਇਹ ਵਿਰੋਧੀ ਧਿਰ ਦਾ ਰੋਲ ਉਹ ਅਦਾ ਨਹੀਂ ਕਰਦੇ ਜਿਹੜਾ ਇਹਨਾਂ ਨੂੰ ਕਰਨਾ ਚਾਹੀਦਾ, ਤਾਂ ਉਹ ਗੱਲ ਦਾ ਚਰਨਜੀਤ ਸਿੰਘ ਚੰਨੀ ਦੀ ਉਹ ਗੱਲ ਖੜੀ ਹੈ ਵੀ ਇੱਕ ਬੰਦੇ ਨੇ ਕੇਂਦਰ ਨੇ ਟੱਕਰ ਲੈ ਲਈ ਅਤੇ ਭਗਵੰਤ ਸਿੰਘ ਮਾਨ ਨੇ ਜਦੋਂ ਨਰਿੰਦਰ ਮੋਦੀ ਉਸ ਸਰਕਾਰ ਦੇ ਵਿੱਚ ਪੰਜਾਬ ਆਏ ਤਾਂ ਮਾਫ਼ੀ ਮੰਗੀ, ਮਤਲਬ ਮਾਫ਼ੀ ਮੰਗਣ ਵਾਲੇ ਨੂੰ ਤਾਂ ਕਦੇ ਸਵਾ ਜਿਹੜਾ ਉਹ ਸਵੀਕਾਰ ਕਰਦੇ ਹੀ ਨਹੀਂ ਇਹ। ਸੋ ਇਸ ਕਰਕੇ ਜਿਹੜੀ ਚਰਨਜੀਤ ਸਿੰਘ ਚੰਨੀ ਦੇ ਗਿੱਦੜਬਾਹਾ ਆਉਣ ਨਾਲ ਵੀ ਬੜੀ ਵੱਡੀ ਬੂਸਟ ਮਿਲਣੀ ਹੈ ਇਹ ਰਾਜਾ ਵੜਿੰਗ ਨੂੰ, ਇਹ 'ਚ ਕੋਈ ਸ਼ੱਕ ਨਹੀਂ। ਕੋਈ ਜੇ ਉਹ 1000 ਵੋਟ ਦਾ ਹੀ ਫਰਕ ਪਾਉਂਦੇ ਆ, ਮੈਂ ਛੋਟੀ ਤੋਂ ਗੱਲ ਤਾਂ ਇਹ ਜਿਮਣੀ ਚੋਣ 1000 ਵੋਟ ਬਹੁਤ ਵੱਡੀ ਗੱਲ ਹੈ ਜਿਮਣੀ ਚੋਣ, ਕੋਈ ਜਿੱਤ ਹਾਰ ਮੈਂ ਤੁਹਾਨੂੰ ਦੱਸਦਾ ਕਿ 5000 ਤੋਂ ਥੱਲੇ ਥੱਲੇ ਹੋਣੀ ਹੈ ਜਿਹੜਾ ਵੀ ਜਿੱਤਿਆ ਇੱਥੇ ਜਿਹੜੇ ਹਾਲਾਤ। ਤੁਸੀਂ ਕਹਿੰਦੇ ਗਿੱਦੜ ਬਾਏ ਫਿਲਹਾਲ ਡਿੰਪੀ ਨੂੰ ਐਜਾ ਅਤੇ ਬਰਨਾਲੇ ਤੁਸੀਂ ਕਹਿੰਦੇ ਵੀ ਕਾਂਗਰਸ ਆਪ ਕਾਂਗਾ, ਹਾਂ ਕਾਲਾ ਢਿੱਲੋਂ ਆਪ ਹੈ, ਉੱਥੇ ਇਹ ਹੈ ਅਤੇ ਇੱਥੇ ਡਿੰਪੀ ਹੈ। ਬਾਕੀ ਜਿਵੇਂ ਮੈਂ ਤੁਹਾਨੂੰ ਕਿਹਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ, ਕਿਉਂਕਿ ਜਿਹੜੇ ਜੇ ਮੈਂ 2024 'ਤੇ ਫਿਰ ਜਾਵਾਂ, ਜਦੋਂ 2024 ਦੇ ਇਲੈਕਸ਼ਨ ਸੀ ਤਾਂ ਸਰਬਜੀਤ ਸਿੰਘ ਖਾਲਸਾ ਦੀ ਵੇਵ ਪਿਛਲੇ 15 ਦਿਨਾਂ 'ਚ ਬਣੀ, 15 ਦਿਨਾਂ ਵਿੱਚ ਉਹ ਪੂਰੇ ਫਿਰੇ, ਅਤੇ ਜੇਕਰ ਇਲੈਕਸ਼ਨ 10 ਦਿਨ ਹੋਰ ਲੇਟ ਹੋ ਜਾਂਦੇ ਤਾਂ ਉਹ ਡਾਊਨ ਪੈ ਜਾਣੀ ਸੀ, ਫਿਰ ਉਹ ਥੱਲੇ ਆ ਰਹੀ ਸੀ, ਹੁਣ ਆ ਰਹੀ ਸੀ ਥੱਲੇ। ਤਾਂ ਇਸ ਕਰਕੇ ਹੈ ਕਿ ਹੁਣ ਡਿੰਪੀ ਢਿੱਲੋਂ ਬੇਸ਼ੱਕ ਜਿੱਤੇ ਹੈ, ਪਰ ਇਹ 3-4 ਦਿਨਾਂ ਦੇ ਵਿੱਚ ਜੇ ਕੋਈ ਗਲਤੀ ਨਾ ਕਰਨ, ਜੇ ਕੋਈ ਵੱਡੀ ਗੱਲ, ਭਗਵੰਤ ਸਿੰਘ ਮਾਨ ਦੇ ਬਿਆਨਾਂ ਤੋਂ ਵੀ ਲੋਕ ਹੁਣ ਬੋਰ ਹੋ ਰਹੇ ਆ, ਜਿਹੜੇ ਉਹ ਆ ਕੇ ਗਿੱਦੜਬਾਹਾ ਜਾਂਦੇ ਆ, ਸੱਬਰ ਕੱਤਾ ਨਹੀਂ ਪਤਾ ਰਾਜੇ ਵੜਿੰਗ ਨੂੰ, ਰਾਜ ਇਹ ਮੰਡੀਆਂ 'ਚ ਨਹੀਂ ਸੁੱਤੇ ਕਦੇ, ਇਹਨਾਂ ਨੂੰ ਪਤਾ ਨਹੀਂ, ਇਹਨਾਂ ਨੂੰ ਦਰਦ ਨਹੀਂ ਪਤਾ, ਤਾਂ ਲੋਕ ਹੁਣ ਉਹ ਚੁਟਕਲਿਆਂ ਤੋਂ ਬੋਰ ਹੋ ਚੁੱਕੇ ਆ। ਮੈਨੂੰ ਇਹ ਲੱਗਦਾ ਕਿ ਡਿੰਪੀ ਢਿੱਲੋਂ ਨੂੰ ਵੋਟ ਤਾਂ ਪੈ ਰਹੀ ਹੈ, ਪਰ ਕਿਤੇ ਨਾ ਕਿਤੇ ਭਗਵੰਤ ਸਿੰਘ ਮਾਨ ਦੀਆਂ ਸਪੀਚਾਂ ਡਿੰਪੀ ਢਿੱਲੋਂ ਨੂੰ ਜ਼ਰੂਰ ਡਾਊਨ ਕਰ ਰਹੀਆਂ। ਉਹਨਾਂ ਨੂੰ ਇਹ ਲੱਗ ਰਿਹਾ ਕਿ ਸੀਐਮ ਆਉਂਦੇ ਆ ਪ੍ਰਚਾਰ ਹੁੰਦਾ, ਫਾਇਦਾ ਹੁੰਦਾ, ਪਰ ਲੋਕ ਭਗਵੰਤ ਸਿੰਘ ਮਾਨ ਨੂੰ ਵੋਟ ਨਹੀਂ ਪਾ ਰਹੇ। ਮੈਂ ਫਿਰ ਕਹਿਣਾ ਗਿੱਦੜਬਾਹਾ ਦੇ ਵਿੱਚ ਜਿਵੇਂ ਪੰਜਾਬ 'ਚ ਲੋਕਾਂ ਨੇ ਕੇਜਰੀਵਾਲ ਨੂੰ ਵੋਟ ਨਹੀਂ ਸੀ ਪਾਈ, ਭਗਵੰਤ ਮਾਨ ਨੂੰ ਪਾਈ, ਉਵੇਂ ਗਿੱਦੜਬਾਹੇ ਦੇ ਵਿੱਚ ਭਗਵੰਤ ਸਿੰਘ ਮਾਨ ਨੂੰ ਵੋਟ ਨਹੀਂ ਪੈ ਰਹੀ, ਡਿੰਪੀ ਢਿੱਲੋਂ ਨੂੰ ਵੋਟ ਪੈ ਰਹੀ। ਜੇ ਭਗਵੰਤ ਗਿੱਦੜਬਾਹੇ ਆ ਰਹੇ ਤਾਂ ਡਿੰਪੀ ਨੂੰ ਨੁਕਸਾਨ, ਡਿੰਪੀ ਉਹ ਲੋਕ ਬੋਰ ਹੋ ਰਹੇ ਨਾ ਜੀ। ਮੈਂ ਤੁਹਾਨੂੰ ਫਿਰ ਕਹਿਣਾ ਉਹੀ ਸਪੀਚਾਂ
ਉਹੀ ਭਾਸ਼ਣ, ਉਹੀ ਪੁਸ਼ਪਾ ਮਿਲੀ ਡਾਕੂਆਂ ਦੀ ਪੁਸ਼ਪਾ, ਉਹੀ ਤੁਸੀਂ ਦੇਖ ਲਓ ਕਿ ਮੈਂ ਇੱਕ ਪਿੰਡ 'ਚ ਗਿਆ ਮੈਨੂੰ ਬਾਬੇ ਮਿਲੇ, ਮਤਲਬ ਉਹ ਪਿੱਟ ਡਾਇਲੋਗ ਜਿਹੜੇ 2014 ਤੋਂ ਲੈ ਕੇ ਅਤੇ 24 10 ਸਾਲਾਂ ਦੇ ਵਿੱਚ ਤਾਂ ਕਹਿੰਦੇ 12 ਸਾਲਾਂ ਦੇ ਰੂੜੀ ਦੀ ਵੀ ਸੁਣੀ ਜਾਂਦੀ ਹੈ ਨਾ, ਇਹ 10 ਸਾਲਾਂ 'ਚ ਇਹਨਾਂ ਦੇ ਡਾਇਲੋਗ ਵੀ ਨਹੀਂ ਬਦਲੇ, ਉਹੀ ਡਾਇਲੋਗ, ਉਹੀ ਸਾਰਾ ਕੁਛ, ਤਾਂ ਲੋਕ ਉਹਨਾਂ ਚੀਜ਼ਾਂ ਤੋਂ ਬੋਰ ਹੋ ਚੁੱਕੇ ਆ। ਬਾਕੀ ਸੱਤਾ ਤੋਂ ਲੋਕ ਚੁਟਕਲੇ ਨਹੀਂ ਚਾਹੁੰਦੇ ਹੁੰਦੇ, ਸੱਤਾ ਤੋਂ ਲੋਕ ਸਟਾਇਰ ਨਹੀਂ ਚਾਹੁੰਦੇ ਹੁੰਦੇ, ਸੱਤਾ ਤੋਂ ਲੋਕ ਕੰਮ ਚਾਹੁੰਦੇ ਹੁੰਦੇ ਆ। ਸਬਰ ਕਤਾ ਰਾਜੀਵ ਡੈਂਗ ਨੂੰ ਪਤਾ ਭਾਵੇਂ ਨਹੀਂ ਪਤਾ, ਜਿਵੇਂ ਆਪਾਂ ਗੱਲ ਕਰ ਰਹੇ ਸੀ, ਪਰ ਤੁਹਾਨੂੰ ਕੀ ਪਤਾ ਜਿਹੜੇ ਤੁਸੀਂ ਵਾਅਦੇ ਪੂਰੇ ਕੀਤੇ ਉਹ ਸਿਰੇ ਲਾਤੇ, ਤੁਸੀਂ ਬੇਅਦਬੀ ਦਾ ਇਨਸਾਫ, ਸਿੱਧੂ ਮੂਸੇਵਾਲ ਦਾ ਕਤਲ ਹੋਇਆ ਤੁਹਾਡੇ ਰਾਜ 'ਚ ਉਹਦਾ ਇਨਸਾਫ, ਤੁਹਾਡੇ ਤੁਸੀਂ ਰੁਜ਼ਗਾਰ ਦੀ ਗੱਲ ਕੀਤੀ, ਬੀਬੀਆਂ ਨੂੰ 1000-1000 ਰੁਪਇਆ ਦੇਣ ਦੀ ਗੱਲ ਕੀਤੀ, ਨਸ਼ਾ ਖਤਮ ਕਰਨ ਦੀ ਗੱਲ ਕੀਤੀ, ਗੈਂਗਸਟਰਵਾਦ ਖਤਮ ਕਰਨ ਦੀ ਗੱਲ ਕੀਤੀ, ਜਿੰਨੀਆਂ ਵੀ ਤੁਸੀਂ ਗੱਲਾਂ ਕਰਕੇ ਸੱਤਾ 'ਚ ਆਏ ਹੋ ਉਹ ਕਿਸੇ 'ਤੇ ਵੀ, ਜਿਹੜੀਆਂ ਤੁਸੀਂ ਕੰਮ ਕੀਤੀਆਂ ਸਾਰਿਆਂ 'ਤੇ ਯੂ ਟਰਨ ਵੱਜੇ, ਮੁਹੱਲਾ ਕਲੀਨਿਕਾਂ ਤੁਹਾਡੀਆਂ ਫੋਟੋਆਂ ਲੈ ਜਾਣੀਆਂ, ਤੁਸੀਂ ਕਹਿੰਦੇ ਫੋਟੋਆਂ ਲਾਉਣੀਆਂ ਨੇ, VIP ਕਲਚਰ ਤੁਸੀਂ ਕਹਿੰਦੇ ਸੀ ਰਾਜਮਾ, ਅਸਲ ਕੱਲ੍ਹ ਮੈਂ ਆਪਦਾ ਇਲਾਜ ਮੁਹੱਲਾ ਕਲੀਨਿਕ ਤੋਂ ਨਹੀਂ ਕਰਾਇਆ, ਆਪਦਾ ਕਲੀਨਿਕ ਤੋਂ ਨਹੀਂ ਕਰਾਇਆ, ਉਹ ਆਪ ਤਾਂ ਮਤਲਬ ਟੌਪ ਦੇ ਜਿਹੜਾ ਪ੍ਰਾਈਵੇਟ ਹਸਪਤਾਲ ਆ ਉਹ ਤੋਂ ਕਰਵਾਇਆ ਗਿਆ। ਸੋ ਇਸ ਕਰਕੇ ਜਿਹੜੀਆਂ ਗੱਲਾਂ ਸਰਕਾਰ ਕਰਕੇ ਆਈ ਸੀ ਉਹ ਗੱਲਾਂ ਪੂਰੀਆਂ ਨਹੀਂ ਹੋਈਆਂ, ਉਹ ਲੋਕਾਂ ਦੀ ਨਿਰਾਸ਼ਤਾ। ਮੈਂ ਫਿਰ ਕਹਿੰਦਾ ਕਿ ਡੈਂਪੀ ਢਿੱਲੋਂ ਨੂੰ ਜਿਹੜੀ ਵੋਟ ਪੈ ਰਹੀ ਹੈ ਉਹ ਡੈਂਪੀ ਢਿੱਲੋਂ ਨੂੰ ਗਿੱਦੜਬਾਹੇ ਦੇ ਲੋਕ ਇੱਕ ਤਰਸ ਦੇ ਆਧਾਰ 'ਤੇ, ਇੱਕ ਇਹ ਕਹਿਣ 'ਤੇ ਵੀ ਯਾਰ ਜਿੱਥੇ ਇੰਨਿਆਂ ਨੂੰ ਦੇਤੇ ਹੁਣ ਮੌਕਾ ਇਹਨੂੰ 2.5 ਸਾਲ ਦਾ, ਉਹਦੇ ਤੋਂ ਇਸੇ ਕਰਕੇ ਵੋਟ ਪੈ ਰਹੀ ਹੈ। ਪਰ ਜੇ ਕੋਈ ਆਮ ਆਦਮੀ ਪਾਰਟੀ ਸੋਚੇ ਕਿ ਸਾਡੀ ਉਹ ਜਿਹੜੀ ਸਟ੍ਰੈਟਜੀ ਹੁੰਦੀ ਹੈ ਜਿਹੜੀ ਉਹਦੇ ਕਰਕੇ ਵੋਟ ਪੈ ਰਹੀ ਹੈ, ਇਹ ਭੁਲੇਖਾ ਆਮ ਆਦਮੀ ਪਾਰਟੀ ਦਾ ਭੁਲੇਖਾ। ਬਹੁਤ ਬਹੁਤ ਧੰਨਵਾਦ ਬਾਈ ਮਨਿੰਦਰ ਨਾਲ ਗੱਲ ਕਰ ਰਹੇ ਸੀਗੇ, ਗਿੱਦੜਵਾਹੇ ਜਮਾਂ ਨਾਲ ਜੈਤੋਂ ਹੈ ਨਾ ਪੂਰਾ ਤੁਹਾਨੂੰ ਰਮ 'ਚ ਪਤਾ, ਨਾਲੇ ਆਮ ਆਦਮੀ ਪਾਰਟੀ ਨਾਲ ਪੁਰਾਣਾ ਰਿਕਾਰਡ ਵੀ ਤੁਹਾਡਾ ਥੋੜ੍ਹਾ ਜਿਹਾ ਸਿਆਸੀ। ਸੋ ਸਮਝਿਆ ਤੁਸੀਂ ਵੀ ਗਿੱਦੜਵਾਹੇ ਫਿਲਹਾਲ ਡਿੰਪੀ ਅਪ ਚੱਲ ਰਹੇ ਨੇ ਅਤੇ ਬਰਨਾਲੇ ਕਾਂਗਰਸ, ਆਉਣ ਵਾਲੇ ਦਿਨਾਂ 'ਚ ਕੁਛ ਵੀ ਹੋ ਸਕਦਾ ਹੈ, ਜ਼ਿਮਨੀ ਚੋਣ ਦਿਨ ਥੋੜ੍ਹੇ ਰਹਿ ਗਏ, ਦੇਖਦੇ ਹਾਂ ਕਿ ਊਂਠ ਕਿਸ ਕਰਵਟ ਬੈਠਦਾ। ਆਪਣੇ ਸਹਿਯੋਗੀ ਅਮਿਤ ਖੰਨਾ ਦੇ ਨਾਲ ਕਰਨ ਸ਼ਰਮਾ, ਮਿੱਟੀ ਦੇ ਲਈ।